Thank you.
ਸੰਕੋਚਦੇ ਹੋਏ ਆਪ ਗੁਰੂ ਦਰਬਾਰ ਪਹੁੰਚੇ ਹੋ, ਜਿੱਥੇ ਅੱਜ ਪੂਰਨਮਾਸ਼ੀ ਹੈ ਉੱਥੇ ਅੱਜ ਇੱਕ ਬਹੁਤ ਹੀ ਮਹਾਨ ਪਵਿੱਤਰ ਦਿਹਾੜਾ ਵੀ ਹੈ, ਜਿਸ ਦਿਨ ਸੰਸਾਰ ਦੇ ਉੱਤੇ ਇੱਕ ਮਹਾਨ ਉੱਤਮ ਜੋਤ ਪ੍ਰਗਟ ਹੋਈ, ਜਿਹਨਾਂ ਦਾ ਨਾਮ ਭਗਤ ਰਵਿਦਾਸ ਜੀ, ਗੁਰੂ ਰਵਿਦਾਸ, ਹੋਰ ਵੀ ਜੋ ਵਿਸ਼ੇਸ਼ਣ ਦੇਣੇ ਹਨ ਦਿਓ, ਉਹ ਪਰਮੇਸ਼ੁਰ ਦੀ ਜੋਤ ਪ੍ਰਗਟ ਹੋਈ ਸੀ। ਆਪ ਫਰਮਾਨ ਕਰਦੇ ਨੇ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਲੰਘ ਗਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਤਰਬ ਹੋਇਓ, ਕਈ ਜਨਮ ਹੈ ਵਿਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਦੇਸ਼ ਜਰੀਆ,
ਕਈ ਕਰਮ ਜਨਮ ਸਾਹ ਕਰ ਪਾਇਆ, ਦਰਖਤ ਵੀ ਬਣਦਾ ਰਿਹਾ, ਬੇਅੰਤ ਜਨਮ ਲੰਘ, ਕਈ ਜਨਮ ਸੈਰ ਗਿਰ ਕਰਿਆ, ਕਈ ਜਨਮ ਗਰਭ ਹਿਰ ਕਰਿਆ, ਕਈ ਜਨਮ ਸਾਹ ਕਰ ਪਾਇਆ, ਲੱਖ 84 ਜੋਨ ਪਰਮਾਇਆ। ਬਹੁਤ ਹੀ ਖਿਆਲ ਦੇ ਕੇ ਇਸ ਨੂੰ ਵਿਚਾਰ ਕਰਨ ਵਾਲਾ ਸਤਸੰਗ ਦੇ ਵਿੱਚ ਮਾਹੌਲ ਹੈ। ਕਿੱਥੋਂ ਆਏ ਹਾਂ ਅਸੀਂ, ਕਿੱਥੇ ਜਾਣਾ, ਕਿੱਥੇ ਰਹੇ ਸੀ, ਪਹਿਲਾਂ ਕੀ ਸੀ, ਇਹ ਜਿਹਾ ਸਰੀਰ ਨਹੀਂ ਰਹੇਗਾ ਫਿਰ ਕੀ ਹੋਵਾਂਗੇ, ਕਿੰਨਾ ਚਿਰ ਹੋ ਗਿਆ, ਕਹਿੰਦੇ ਕਿਹਾ ਨਹੀਂ ਜਾ ਸਕਦਾ। ਫਿਰ ਤਾਂ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਇੱਕ ਦੋ ਚਾਰ ਯੁੱਗ ਨਹੀਂ, ਜੇ ਚਾਰ ਯੁੱਗ ਕਹਿ ਦੇਵਾਂ ਤਾਂ 43,20,000 ਸਾਲ ਬਣਦੇ ਨੇ। ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਬਹੁਤੇ ਯੁੱਗ, ਇਹ ਤੇਰੀ ਵਾਰੀ ਆਈ ਆ ਮਾਨਸ ਦੇ ਲਈ। ਨਾਨਕ ਕਹਿਤ ਮਿਲਣ ਕੀ ਵਾਰੀ ਆ, ਤੇਰੀ ਵਾਰੀ ਆਈ ਹੋਈ ਆ ਮਿਲਣ ਦੀ ਵਾਹਿਗੁਰੂ ਨੂੰ, ਕਿਉਂਕਿ ਹੋਰ ਦਿਆਂ ਨੂੰ ਅਧਿਕਾਰ ਨਹੀਂ ਹੈ ਪਰਮੇਸ਼ੁਰ ਨੂੰ ਮਿਲਣ ਦਾ, ਕੇਵਲ ਮਨੁੱਖ ਦੇਹੀ ਦੇ ਵਿੱਚ ਪਰਮੇਸ਼ੁਰ ਪ੍ਰਗਟ ਹੋ ਸਕਦਾ। ਇਸੇ ਕਰਕੇ ਇਹਨੂੰ ਉੱਤਮ ਦੇਹੀ ਕਿਹਾ। ਬਹੁਤ ਸਾਰੇ ਪ੍ਰੇਮੀਆਂ ਦੇ ਨੈਗੇਟਿਵ ਵਿਊਜ਼ ਹੁੰਦੇ ਨੇ, ਉਹ ਕਹਿੰਦੇ ਜੀ ਮਨੁੱਖਾਂ ਨੇ ਆਪਣੀ ਦੇਹੀ ਨੂੰ ਆਪੇ ਹੀ ਉੱਤਮ ਕਹਿ ਲਿਆ। ਜਾਨਵਰ ਜੇ ਬੋਲਦੇ ਹੋਣ ਉਹ ਆਪਣੀ ਦੇਹੀ ਨੂੰ ਉੱਤਮ ਕਹਿਣ, ਪਰ ਇਹਦੇ 'ਚ ਵਿਸ਼ੇਸ਼ਤਾ ਹੈ ਇੱਕ ਖਾਸ, ਉਹਨੂੰ ਧਿਆਨ ਵਿੱਚ ਰੱਖੋ। ਦੇਹਾਂ ਤਾਂ ਸਾਰੀਆਂ ਹੀ ਪਰਮੇਸ਼ੁਰ ਨੇ ਬਣਾਈਆਂ ਨੇ, ਜਿਉਣੇ ਜਿਉਣਾ ਸਭ ਹੀ ਲੋਚਦੇ ਨੇ। ਛੋਟੇ ਤੋਂ ਛੋਟਾ ਜਿਹੜਾ ਅੱਖਾਂ ਦੇ ਮੂਹਰੇ ਫਿਰਦਾ ਹੁੰਦਾ ਨਿੱਕਾ ਜਿਹਾ, ਉਹ ਵੀ ਜੇ ਹੱਥ ਮਾਰੋ ਨੱਠ ਕੇ ਪਾਸੇ ਹੋ ਜਾਂਦਾ, ਉਹ ਜਿਉਣਾ ਲੋੜਦਾ। ਲੇਕਿਨ ਇਹ ਜਿਹੜਾ ਮਨੁੱਖ ਦਾ ਸਰੀਰ ਹੈ ਇਹਦੇ ਵਿੱਚ ਖਾਸ ਇੱਕ ਵਾਧਾ ਹੈ, ਉਹ ਹੈ ਕਿ ਇਹ ਪਰਮੇਸ਼ੁਰ ਨੂੰ ਮਿਲ ਸਕਦਾ, ਹੋਰ ਕੋਈ ਮਿਲ ਨਹੀਂ ਸਕਦਾ। ਇਹਦੇ ਵਿੱਚ ਪ੍ਰੋਸੈਸ ਹੈ, ਇਸ ਦੇਹੀ ਦੇ ਅੰਦਰ ਜਿਸ ਤਰ੍ਹਾਂ ਬੁੱਧੀ ਹੈ ਨਾ, ਡਿਸਟਿੰਕਸ਼ਨ, ਡਿਸਟਿੰਕਟਿਵ ਪਾਵਰ, ਇਸੇ ਤਰ੍ਹਾਂ ਨਾਲ ਇੱਕ ਸ਼ਕਤੀ ਹੈ, ਐਸੀ ਸੂਝ ਹੈ ਜਿਹਨੂੰ ਅਨੁਭਵ ਕਹਿੰਦੇ ਨੇ, ਉਹਦੇ ਰਾਹੀਂ ਇਹ ਪਰਮੇਸ਼ੁਰ ਤੱਕ ਪਹੁੰਚ ਸਕਦਾ। ਸੋ ਮਹਾਰਾਜ ਨੇ ਇਸ ਕਰਕੇ ਨਹੀਂ ਕਿਹਾ ਵੀ ਆਪਣੀ ਦੇਹ ਹੈ ਜੀ ਅਸੀਂ ਮਨੁੱਖ ਹਾਂ ਭਾਈ ਅਸੀਂ ਆਪਣੇ ਆਪ ਨੂੰ ਬਣਾ ਲੈਂਦਾ, ਮਹਾਰਾਜ ਕਹਿੰਦੇ ਹੋਰ ਕਿਸੇ ਦੇਹ 'ਚ ਪਰਮੇਸ਼ੁਰ ਨੂੰ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਭੋਗ ਦੁਨੀਆ ਨੇ, ਉਹਨਾਂ ਦੁਨੀਆ 'ਚ ਨਾ ਪੁੰਨ ਦਾ ਫਲ ਮਿਲਦਾ ਨਾ ਪਾਪ ਦਾ ਮਿਲਦਾ, ਜੇ ਆਪ ਕਰੇ, ਜੇ ਕੋਈ ਕਰਾ ਦੇਵੇ ਫਿਰ ਮਿਲ ਜਾਂਦਾ। ਕਈ ਪ੍ਰੇਮੀ ਕਹਿਣਗੇ ਵੀ ਉਹਨਾਂ ਨੂੰ ਵੀ ਮਿਲ ਜਾਂਦਾ, ਇਹ ਬੜੀ ਅਜੀਬ ਬਾਤ ਹੈ, ਕੋਈ ਕਰਾ ਦੇਵੇ। ਹੁਣ ਗੁਰੂਆਂ ਦੇ ਘੋੜੇ ਸੀ, ਉਹਨਾਂ ਨੂੰ ਮਹਾਨ ਪੁੰਨ ਅਤੇ ਗਿਆਨ ਪ੍ਰਾਪਤ ਸੀ, ਉਹ ਨਰਕਾਂ 'ਚ ਨਹੀਂ ਗਏ ਘੋੜੇ। ਆਤਮਾ ਇੱਕੋ ਜਿਹੀ ਹੁੰਦੀ ਹੈ, ਚਾਹੇ ਘੋੜੇ ਦੀ ਹੋਵੇ, ਚਾਹੇ ਸੱਪ ਦੀ ਹੋਵੇ, ਚਾਹੇ ਆਦਮੀ ਦੀ ਹੋਵੇ, ਆਤਮਾ ਦੇ ਵਿੱਚ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਪੇਖ ਨਹੀਂ, ਚੱਕਰ ਨਹੀਂ, ਚੇਨ ਨਹੀਂ,
ਆਤਮਾ ਇੱਕ ਸ਼ਕਤੀ ਹੈ, ਐਨਰਜੀ ਹੈ, ਉਹ ਐਨਰਜੀ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ, ਸਰੀਰ ਵੱਖਰੇ ਵੱਖਰੇ ਹੁੰਦੇ ਨੇ। ਉਹ ਆਤਮਾ ਗੁਰੂਆਂ ਦੀ ਛੋਹ ਨਾਲ ਆਤਮਾ ਹੀ ਪਵਿੱਤਰ ਨਹੀਂ ਹੁੰਦੀ, ਧਰਤੀ ਵੀ ਪਵਿੱਤਰ ਹੁੰਦੀ ਹੈ ਜਿੱਥੇ ਹੁਣ ਤੁਸੀਂ ਬੈਠੇ ਹੋ। ਕੁਛ ਸਮਾਂ ਪਹਿਲਾਂ ਇਹ ਖੇਤ ਸੀਗੇ ਜਿੱਥੇ ਆਪਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਰਹੇ ਹਾਂ। ਕੁਛ ਸਮਾਂ ਪਹਿਲਾਂ ਉਹ ਬੜੇ ਬੜੇ ਟਿੱਬੇ ਸੀ, ਬਹੁਤ ਉੱਚੇ, ਸਰਕੜਾ ਹੀ ਸਰਕੜਾ ਖੜ੍ਹਾ ਸੀ। ਨਦੀ ਚੱਲਦੀ ਸੀ, ਕਦੇ ਹਜ਼ਾਰ ਗਜ ਇੱਧਰ ਨੂੰ ਹੋ ਜਾਂਦੀ ਸੀ, ਕਦੇ ਪਰਲੇ ਪਾਸੇ ਚਲੀ ਜਾਂਦੀ ਸੀ, ਕੋਈ ਇੱਥੋਂ ਦੀ ਲੰਘਦਾ ਨਹੀਂ ਸੀ। ਪਰ ਇਹ ਪੁੰਨ ਭੂਮੀ ਸਮੇਂ ਸਿਰ ਆ ਕੇ ਜਿਵੇਂ ਬੀਜ ਫੁੱਟਦਾ ਹੈ, ਗੁੱਲੀ ਡੰਡਾ ਉਹਦੇ 'ਚ ਗੰਨਾ ਬੀਜ ਦਿਓ ਕਦੇ ਨਹੀਂ ਉੱਗਦਾ, ਧਾਨ ਬੀਜ ਦਿਓ ਕਦੇ ਨਹੀਂ ਉੱਗਦਾ, ਜਦ ਕਣਕ ਬੀਜੋਗੇ 3 ਸਾਲ ਬਾਅਦ ਫਿਰ ਨਿਕਲ ਆਉਂਦਾ ਵਿੱਚੋਂ ਹੀ। ਐਸੇ ਤਰ੍ਹਾਂ ਦੇ ਨਾਲ ਜੋ ਪੁੰਨ ਭੂਮੀ ਹੁੰਦੀ ਹੈ ਆਪਣੇ ਸਮੇਂ ਸਿਰ ਜਦੋਂ ਸਮਾਂ ਆ ਜਾਵੇ ਉਸ ਵੇਲੇ ਉਹਦੀ ਮਹਿਮਾ ਪ੍ਰਗਟ ਹੋਇਆ ਕਰਦੀ ਹੈ। ਉਹ ਕਈ ਤਰੀਕੇ ਹੁੰਦੇ ਨੇ, ਇੱਕ ਤਾਂ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਮਹਾਂਪੁਰਸ਼ ਆ ਕੇ ਬੈਠੇ, ਦੂਸਰਾ ਹੁੰਦਾ ਕੋਈ ਕੌਤਕ ਉੱਥੇ ਇਹੋ ਜਿਹਾ ਵਰਤਦਾ ਜਦੋਂ ਉਹ ਪੁੰਨ ਭੂਮੀ ਹਾਕਾ ਮਾਰ ਮਾਰ ਕਹਿ ਰਹੀ ਹੁੰਦੀ ਹੈ ਕਿ ਮੈਂ ਹੁਣ ਪ੍ਰਗਟ ਹੋਣਾ। ਤੀਸਰਾ ਇਹ ਹੁੰਦਾ ਹੈ ਕਿ ਕੋਈ ਐਸਾ ਦ੍ਰਿਸ਼ਟਾਂਤ ਹੁੰਦਾ ਹੈ ਕਿਸੇ ਨੂੰ, ਉਹਦੇ ਕਰਕੇ ਹੋ ਜਾਂਦਾ। ਬਹੁਤ ਸਾਰੇ ਸਥਾਨ ਇਸੇ ਤਰ੍ਹਾਂ ਪ੍ਰਗਟ ਹੋਏ ਨੇ। ਆ ਜਿਹੜਾ ਨਾਢਾ ਸਾਹਿਬ ਹੈ ਇਹ ਵੀ ਇੱਕ ਨੂੰ ਸੁਪਨਾ ਆਇਆ ਸੀ, ਇੱਥੇ ਰੇਰੂ ਖੜ੍ਹੇ ਸੀ, ਆਵਾਜ਼ ਆਈ ਵੀ ਇੱਥੇ ਸਾਡਾ ਸਥਾਨ ਹੈ ਗੁਰੂ ਦਸਮੇਸ਼ ਪਿਤਾ ਜੀ। ਨਹੀਂ ਉਹਨੂੰ ਪਤਾ ਲੱਗ ਸਕਿਆ, ਦੂਸਰੇ ਦਿਨ ਫੇਰ ਆਈ ਵੀ ਮਹਾਰਾਜ ਮੈਨੂੰ ਪਤਾ ਨਹੀਂ ਲੱਗਦਾ ਕਿੱਥੇ ਦਾ ਇਸ਼ਾਰਾ ਕਰਦੇ ਹੋ। ਕਹਿੰਦੇ ਬਾਕੀ ਸਾਰੇ ਸੁੱਕੇ ਤੈਨੂੰ ਨਜ਼ਰ ਆਉਣਗੇ, ਜਿੱਥੇ ਅਸੀਂ ਆਸਣ ਲਾਇਆ ਸੀ ਉਹ ਹਰਾ ਤੈਨੂੰ ਨਜ਼ਰ ਆਏਗਾ, ਪਛਾਣ ਲੈ। ਸੁਪਨੇ ਦੇ ਅੰਦਰ ਇਹ ਪਛਾਣ ਲਿਆ, ਸਵੇਰੇ ਆ ਕੇ ਦੱਸਤਾ ਉਹਨੇ ਰੌਲਾ ਪਾਤਾ ਵੀ ਇੱਥੇ ਮੈਨੂੰ ਗੁਰੂ ਸਾਹਿਬ ਦਾ ਸੁਪਨਾ ਆਇਆ, ਅੱਜ ਕਿੱਡਾ ਸਥਾਨ ਬਣ ਗਿਆ। ਉੱਥੇ ਯੂਪੀ ਦੇ ਅੰਦਰ ਇੱਕ ਭਈਏ ਦਾ ਘਰ ਸੀ, ਉਹ ਸੁਪਨਾ ਆਇਆ ਬੀਬੀ ਨੂੰ ਵੀ ਤੂੰ ਜਾ ਕੇ ਮੇਰੇ ਗੁਰਸਿੱਖਾਂ ਨੂੰ ਦੱਸ, ਇਸ ਥਾਂ 'ਤੇ ਮੈਂ ਵਿਖਿਆ ਸੀ ਗੁਲਾਮ ਬਣ ਕੇ, ਤੇਰੇ ਘਰ ਵਿੱਚ ਇੱਥੇ ਇਹ ਸਥਾਨ ਤੂੰ ਦੇ ਦੇ, ਮੇਰੇ ਸਿੰਘ ਤੈਨੂੰ ਹੋਰ ਦੇ ਦੇਣਗੇ ਇਹਦੇ ਬਦਲੇ 'ਚ, ਉਹਨਾਂ ਨੂੰ ਖਬਰ ਕਰ ਦੇ। ਉਹ ਵਿਚਾਰੀ ਫਿਰਦੀ ਰਹੀ ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਕੋਈ ਇਤਵਾਰ ਹੀ ਨਾ ਕਰੇ ਉਹਦਾ। ਉਹ ਕਹਿੰਦੀ ਮੇਰਾ ਤਾਂ ਇਤਵਾਰ ਨਹੀਂ ਮਹਾਰਾਜ ਕਰਦਾ, ਕਹਿੰਦੇ ਲੰਗਰ ਚਲਾਉਣਾ ਸ਼ੁਰੂ ਕਰ ਦੇ ਅਸੀਂ ਬਰਕਤ ਪਾਵਾਂਗੇ। ਅੱਜ ਉਹ ਸਥਾਨ ਬਣਿਆ ਹੋਇਆ ਉੱਥੇ। ਇਸੇ ਤਰ੍ਹਾਂ ਬਹੁਤ ਸਾਰੇ ਸਥਾਨ ਪ੍ਰਗਟ ਹੋਏ ਨੇ, ਜਿੱਥੇ ਤੁਸੀਂ ਬੈਠੇ ਹੋ ਇੱਥੇ ਵੀ ਐਸੇ ਹੀ ਕੌਤਕ ਵਰਤੇ ਨੇ। ਸੋ ਮੈਂ ਬੇਨਤੀ ਇਹ ਕਰਦਾ ਸੀ ਕਿ ਸਮੇਂ ਦੇ ਨਾਲ ਇਹ ਚੀਜ਼ਾਂ ਹੋਇਆ ਕਰਦੀਆਂ ਨੇ। ਸੋ ਇਵੇਂ ਜਿਵੇਂ ਸਾਨੂੰ ਜੋ ਮਾਨਸ ਜਨਮ ਪ੍ਰਾਪਤ ਹੋਇਆ,
ਇਹਦੀ ਮਹੱਤਤਾ ਇਸ ਕਰਕੇ ਹੈ ਕਿ ਇਹਦੇ ਵਿੱਚੀ ਤੁਸੀਂ ਵਾਹਿਗੁਰੂ ਦੇ ਦਰਸ਼ਨ ਕਰ ਸਕਦੇ ਹੋ, ਹੋਰ ਨਹੀਂ ਕਿਤੇ ਕਰ ਸਕਦੇ, ਕੋਈ ਹੋਰ ਤਰੀਕਾ ਹੀ ਨਹੀਂ ਹੈ। ਸੋ ਅਸੀਂ ਆਪਾਂ ਸ਼ਬਦ ਪੜ੍ਹਿਆ, ਕਹਿ ਉਦਾਸ ਆਸ ਲੱਗ ਜੀਵੋ, ਚਿਰ ਹੈ ਦਰਸ਼ਨ ਦੇ, ਚਿਰ ਹੋ ਗਿਆ ਮੈਨੂੰ, ਬੜੀਆਂ ਜੂਨਾਂ 'ਚ ਹੀ ਮੈਂ ਲੰਘਿਆ। ਸੋ ਬੜੀ ਇੰਪੋਰਟੈਂਟ ਬਾਤ ਆ ਇਹ ਦਰਸ਼ਨਾਂ ਦੀ। ਉਹਨਾਂ ਨੇ ਫਿਰ ਇਸ ਨੂੰ ਆਉਂ ਗਾਉਂ ਨਹੀਂ ਕਰਿਆ ਵੀ ਐਵੇਂ ਘੋਲ ਦੇ ਵਿੱਚ ਕਰਦਾ, ਦਰਸ਼ਨ ਕਰਕੇ ਪ੍ਰਭੂ ਪ੍ਰਾਪਤੀ ਕਰਕੇ ਜੀਵਨ ਦਾ ਮਨੋਰਥ ਹਾਸਲ ਕੀਤਾ। ਸੋ ਸਾਡਾ ਜੀਵਨ ਮਨੋਰਥ ਜੋ ਹੈ ਇਹ ਤਿੰਨ ਚਾਰ ਪਾਸਿਆਂ ਤੋਂ ਗਿਣਿਆ ਜਾ ਸਕਦਾ। ਪਹਿਲਾ ਇਹ ਹੈ ਕਿ ਸਾਡੇ ਕੋਲ ਘਰ ਬਹੁਤ ਵਧੀਆ ਹੋਵੇ, ਜ਼ਮੀਨ ਜਾਇਦਾਦ ਹੋਵੇ। ਦੂਸਰਾ ਇਹ ਹੈ ਕਿ ਸਾਡੇ ਕੋਲ ਪੈਸਾ ਇੰਨਾ ਹੋਵੇ ਵੀ ਖਰਚਦਿਆਂ ਵੀ ਨਾ ਮੁੱਕਦਾ ਹੋਵੇ। ਤੀਸਰਾ ਇਹ ਹੈ ਕਿ ਜੇ ਇਹ ਚੀਜ਼ਾਂ ਹੋਣ, ਬਾਲ ਬੱਚੇ ਨਾ ਹੋਣ, ਪੁੱਤਰ ਨਾ ਹੋਵੇ, ਫਿਰ ਕਿਰਕਿਰਾ ਪੈ ਜਾਂਦਾ। ਪੁੱਤਰ ਵੀ ਆਗਿਆਕਾਰੀ ਹੋਣ, ਪਰਿਵਾਰ ਹੋਵੇ ਬਹੁਤ ਸੋਹਣਾ, ਫਿਰ ਇਹ ਹੈ ਕਿ ਸਾਡੀ ਕੋਈ ਇੱਜ਼ਤ ਵੀ ਹੋਵੇ ਸੰਸਾਰ ਦੇ ਅੰਦਰ, ਕੋਈ ਅਹੁਦਾ ਵੀ ਹੋਵੇ, ਚਾਰ ਆਦਮੀ ਬੰਦੇ ਵੀ ਹੋਣ, ਕਿਉਂਕਿ ਹਿਊਮਨ ਸਾਈਕੋਲੋਜੀ ਹੈ, ਉਹ ਲੋੜ ਹੈ, ਆਦਮੀ ਸੋਚਦਾ ਹੀ ਹੈ। ਮਹਾਰਾਜ ਕਹਿੰਦੇ ਠੀਕ ਹੈ, ਮੁਬਾਰਕ ਹੈ, ਜੀਵਨ ਜਿਉਣ ਵਾਸਤੇ ਤੈਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ, ਪਰ ਤੇਰੇ ਹੱਥ ਵਿੱਚ ਨਹੀਂ, ਇਹ ਤਾਂ ਤੈਨੂੰ ਪਰਮੇਸ਼ਰ ਨੇ ਦੇ ਕੇ ਭੇਜਿਆ, ਜਾਂ ਤੇਰੇ ਮੱਥੇ 'ਚ ਲੇਖ ਲਿਖੇ ਗਏ ਨੇ। ਉਸ ਵੇਲੇ ਕੁੱਲ ਲਿਖਿਆ ਲਿਖਾਇਆ ਪਿਆ ਤੈਨੂੰ ਜੋ ਦਿੱਤਾ ਹੈ, ਪਹਿਲਾਂ ਲਿਖ ਲੇਖ ਹੁੰਦਾ ਹੈ ਵੀ ਇਹਦਾ ਲਾਈਫ ਸਪੈਨ ਕਿੰਨਾ, ਇਹਨੇ ਜਾ ਕੇ ਦੁਨੀਆਂ 'ਚ ਰਹਿਣਾ ਹੈ ਕਿੰਨੀ ਦੇਰ ਤੱਕ, ਇਹ ਰਹੇਗਾ ਕਿਸ ਦਿਨ, ਇਹਦੇ ਸਾਹ ਖਤਮ ਹੋਣਗੇ ਅਤੇ ਕਿਸ ਦਿਨ ਉੱਥੋਂ ਦੁਨੀਆਂ 'ਚੋਂ ਆ ਜਾਏਗਾ। ਮਹਾਰਾਜ ਕਹਿੰਦੇ ਗਣ ਕਰ ਲਏ ਸਭ ਦਿਵਸ, ਸਾਸ ਦਿਨ ਵੀ ਗਿਣੇ, ਸਵਾਸ ਵੀ ਗਿਣੇ, ਗਲਤੀ ਨਹੀਂ ਕਰੀ ਇਹਦੇ 'ਚ ਕੋਈ ਵੀ, ਨਾ ਵਧਣ ਘਟਣ ਤਿਲ ਸਾਰ, ਇੱਕ ਤਿਲ ਜਿੰਨਾ ਵੀ ਨਾ ਇਹ ਘਟਦੇ ਨੇ ਨਾ ਇਹ ਵੱਧਦੇ ਨੇ। ਮਹਾਰਾਜ ਕਹਿੰਦੇ ਪਰ ਗੱਲ ਇਹ ਹੈ ਕਿ ਜੀਵਨ ਲੋੜੇ ਮਹਾਮੋਹ ਨਾਨਕ ਤੇਊ ਗਵਾਰ, ਇਹ ਤਾਂ ਗਿਣ ਕੇ ਸਾਹੇ ਲਿਖੇ ਪਏ ਨੇ, ਸਾਹ ਲਿਖਿਆ ਹੋਇਆ ਟਲਦਾ ਨਹੀਂ ਹੈ। ਇਹ ਕਹਿੰਦਾ ਮੈਂ ਹੋਰ ਜਿਉਂਦਾ ਰਹਾਂ, ਮਹਾਰਾਜ ਕਹਿੰਦੇ ਤਾਂ ਮਹਾਂਮੂਰਖ ਬੰਦਾ ਹੈ, ਇਹਨੂੰ ਇਸ ਗੱਲ ਦੀ ਸੋਚ ਹੀ ਨਹੀਂ ਆਈ ਵੀ ਇਹ ਤਾਂ ਸਾਰਾ ਮੇਰੇ ਮੱਥੇ 'ਚ ਲੇਖ ਲਿਖ ਕੇ ਭੇਜੇ ਤੋਂ ਦਰਗਾਹ 'ਤੇ ਆਏ ਨੇ, ਫਿਰ ਤੇਰੇ ਨਾਲ ਕਿਹੜੇ ਜੀਵਾਂ ਨੇ ਮਿਲਣਾ, ਪੁੱਤਰ ਕੌਣ ਹੋ, ਇਸਤਰੀ ਕੌਣ ਹੋਏਗੀ, ਤੈਨੂੰ ਸੁੱਖ ਦੇਣਗੇ, ਦੁੱਖ ਦੇਣਗੇ, ਵਿਛੋੜਾ ਰੱਖਣਗੇ ਜਾਂ ਤੇਰੀ ਸਹਾਇਤਾ ਕਰਨਗੇ, ਇਹ ਸਾਰੇ ਸੰਦੇਸ਼ ਲਿਖੇ ਜਾਂਦੇ ਨੇ। ਫਿਰ ਤੈਨੂੰ ਖਾਣ ਪੀਣ ਨੂੰ ਕੀ ਮਿਲਣਾ, ਤਿੰਨ ਕਿਸਮ ਦੇ ਕਰਮ ਹੁੰਦੇ ਨੇ, ਇੱਕ ਤਾਂ ਜਿਹੜੇ ਹੁਣ ਅਸੀਂ ਕਰਦੇ ਹਾਂ, ਇਹ ਕਰਮਾਂ ਦਾ ਫਲ ਬੱਚਾ ਪੜ੍ਹਦਾ ਪੀ ਐੱਚ ਡੀ ਕਰ ਲਈ ਉਹਨੂੰ ਇੱਥੇ ਮਿਲ ਜਾਏਗਾ, ਇੱਕ ਕਰਮ ਐਸੇ ਨੇ ਜਿਹਦਾ ਅਜੇ ਟਾਈਮ ਨਹੀਂ ਆਇਆ ਇੱਥੇ ਮਿਲਣ ਨੂੰ, ਉਹ ਅਗਲੇ ਜਨਮਾਂ ਵਾਸਤੇ ਜਮ੍ਹਾਂ ਹੋ ਜਾਂਦਾ, ਉਹਨੂੰ ਕਿਰਿਆਮਾਨ ਕਰਮ ਕਹਿੰਦੇ ਨੇ। ਉਹਦੇ ਹੁਣ ਕਿਰਿਆਮਾਨ ਕਰਮ ਜਮ੍ਹਾਂ ਹੁੰਦੇ ਜਾਂਦੇ ਨੇ, ਜਿੱਥੇ ਜਾ ਕੇ ਜਮ੍ਹਾਂ ਹੁੰਦੇ ਨੇ, ਉਹ ਰਜਿਸਟਰ ਦਾ ਨਾਂ ਹੈ ਸੱਚਿਤ ਕਰਮ ਰਜਿਸਟਰ। ਜਿਹੜੇ ਤਾਂ ਕਰਮ ਕਰੇ ਨੇ ਉਹਦੇ 'ਚ ਲਿਖ ਦਿੱਤੇ ਗਏ ਵੀ ਇਹਨਾਂ ਦੀ ਅਜੇ ਵਾਰੀ ਨਹੀਂ ਆਈ ਹੈ, ਟਾਈਮ ਹੈ ਨਹੀਂ ਇਹਦੇ ਕੋਲ, ਅਤੇ ਵਾਰੀ ਆਏਗੀ ਫਿਰ ਇਹਨੂੰ ਇਹਦਾ ਫਲ ਮਿਲੇਗਾ, ਉਹਨੂੰ ਕਹਿੰਦੇ ਸੰਚਿਤ ਕਰਮ। ਤੀਸਰਾ ਹੈ ਜਦ ਅਸੀਂ ਸੰਸਾਰ 'ਚ ਆਉਂਦੇ ਹਾਂ ਉਸ ਵੇਲੇ ਸੰਚਿਤ ਕਰਮਾਂ ਦੀ ਫੋਲਾ ਫਰਾਲੀ ਹੁੰਦੀ ਹੈ,
ਉਹਦੇ ਵਿੱਚ ਉਹ ਦੱਸਦੇ ਨੇ ਵੀ ਇਹਦੇ ਕਿੰਨੇ ਕਰਮ ਨੇ, ਮਿਸਾਲ ਦੇ ਤੌਰ 'ਤੇ ਤੁਸੀਂ 100 ਰੁਪਈਆ ਦਾਨ ਕਰਤਾ, ਇਹ ਐਸਾ ਤਾਂ ਹੈ ਨਹੀਂ ਵੀ ਬੈਂਕ ਦਾ ਚੈੱਕ ਦੇ ਤਾ ਤੁਹਾਨੂੰ ਮਿਲ ਗਿਆ, ਇਹ ਤੁਹਾਡੇ ਖਾਤੇ ਜਾ ਕੇ ਜਮ੍ਹਾਂ ਹੋ ਗਿਆ। ਜੇ ਗੁਰੂ ਦੇ ਨਿਮਿੱਤ ਕਰਿਆ ਹੋਇਆ, ਜੇ ਤਾਂ ਆਪਣੇ ਨਿਮਿੱਤ ਕਰਿਆ ਫਿਰ ਜਮ੍ਹਾਂ ਤਾਂ ਹੋ ਜਾਂਦਾ, ਪਰ ਉੱਥੇ ਖਰਚਿਆ ਜਾਂਦਾ। ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ, ਅਤੇ ਨਾਲੇ ਉੱਥੇ ਜਾ ਕੇ ਸਵਰਗ ਮਿਲ ਜਾਂਦਾ, ਸਵਰਗ ਦੇ ਵਿੱਚ ਉਹ ਕਰਮ ਦਾ ਫਲ ਮਿਲ ਜਾਂਦਾ, ਉਹ ਖਰਚਿਆ ਗਿਆ। ਪਰ ਜਿਹੜਾ ਇਹ ਕਹਿੰਦਾ ਵੀ ਹੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜੋ ਮੈਂ ਬਾਣੀ ਪੜ੍ਹੀ, ਜੋ ਤੈਂ ਸੇਵਾ ਕਰਾਈ, ਜਿੱਥੇ ਮੈਂ ਗਿਆ ਗੁਰੂ ਦੇ ਦਰਬਾਰ ਜਾ ਕੇ ਮੱਥਾ ਟੇਕਿਆ, ਅਤੇ ਮੈਂ ਕੀਰਤਨ ਚ ਆਇਆ, ਕੀਰਤਨ ਚਾਉਣ ਦਾ ਮੈਨੂੰ ਫਲ ਇੰਨਾ ਮਿਲਿਆ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਤੁਸੀਂ ਹਾਸਲ ਕਰ ਰਹੇ। ਵੀ ਮੇਤੇ ਨਹੀਂ ਸਾਹਿਬ ਹੋਣਾ ਪਾਤਸ਼ਾਹ, ਤੂੰ ਆਪਣੇ ਖਜ਼ਾਨੇ 'ਚ ਬੈਂਕ 'ਚ ਲਾ ਦਾਖਲ ਕਰ ਲੈ। ਦੋ ਅੱਖਰੇ ਕਹਿਣੇ ਨੇ ਚਲੋ, ਜਿਵੇਂ ਪੈਸੇ ਜਾ ਕੇ ਬੈਂਕ 'ਚ ਕਾਗਜ਼ ਭਰ ਕੇ ਦੇ ਦਿੰਦੇ ਹੋ, ਖਜ਼ਾਨੇ 'ਚ ਜਮ੍ਹਾਂ ਕਰ ਲੈਂਦਾ। ਉਹ ਜਿਹੜੇ ਜਮ੍ਹਾਂ ਹੋ ਜਾਂਦੇ ਨੇ ਕਰਮ, ਫਿਰ ਉਹਨਾਂ ਦਾ ਫਲ ਵੱਧਦਾ ਬਹੁਤ ਜ਼ਿਆਦਾ। ਜਿਹੜੇ ਗੁਰੂ ਦੇ ਖਜ਼ਾਨੇ 'ਚ ਹੈ ਉਹਦਾ ਵਿਆਜ ਵੀ ਮਿਲਦਾ, ਬਹੁਤ ਜ਼ਿਆਦਾ ਮਿਲਦਾ, ਥੋੜ੍ਹਾ ਨਹੀਂ। ਉਹਦੇ ਵਿੱਚੋਂ ਕੁਛ ਤਾਂ ਜਿਹੜਾ ਹੈ ਉਹਦਾ ਖਰਚਿਆ ਨਹੀਂ ਜਾਂਦਾ, ਉੱਥੇ ਕਨਸੈਸ਼ਨ ਮਿਲਦਾ। ਜਿਵੇਂ ਬਹੁਤ ਵੱਡੀ ਰਕਮ ਵਾਲਾ ਕੋਈ ਕਰੋੜ ਰੁਪਈਆ ਬੈਂਕ ਜਮ੍ਹਾਂ ਕਰਾਵੇ, ਬੈਂਕ ਵਾਲੇ ਫਿਰ ਉਹਨੂੰ ਫੀਸਾਂ ਫੂਸਾਂ ਦਿੰਦੇ ਫਿਰਦੇ ਨੇ ਵੀ ਇਹ ਸਾਡਾ ਬੈਂਕ ਚਲਾ ਤਾ। ਇਵੇਂ ਜਿਵੇਂ ਉਹਨੂੰ ਦਰਗਾਹ ਦੇ ਵਿੱਚ ਨਹੀਂ ਕੁਛ ਵੀ ਕਰਨਾ ਪੈਂਦਾ, ਕੋਈ ਖਰਚ ਨਹੀਂ ਹੁੰਦਾ, ਉਹ ਸਾਰਾ ਕਨਸੈਸ਼ਨ ਹੁੰਦਾ। ਜਿਵੇਂ ਮਿਸਾਲ ਲੈ ਲਓ, ਜਿਹੜੇ ਲੋਕ ਸਫ਼ਰ ਕਰਦੇ ਨੇ ਅਮਰੀਕਾ ਨੂੰ ਜਾਂਦੇ ਨੇ, ਜੇ ਧੁੰਦ ਪੈਂਦੀ ਹੋਵੇ ਜਹਾਜ਼ ਥੱਲੇ ਨਾ ਲੱਗ ਸਕਦਾ, ਬੰਬੇ ਚਲਿਆ ਗਿਆ ਦਿੱਲੀ ਦੀ ਬਜਾਏ, ਉੱਥੇ 2 ਦਿਨ ਸਾਨੂੰ ਬੈਠਣਾ ਪੈ ਗਿਆ, ਹੋਟਲ ਦਾ ਸਾਰਾ ਖਰਚਾ ਸਰਕਾਰ ਦਊ, ਉਹ ਕੰਪਨੀ ਦਿੰਦੀ। ਐਵੇਂ ਜਿਵੇਂ ਜਿਹੜੇ ਨਾਮ ਜਪ ਕੇ ਗੁਰੂ ਦੇ ਚਰਨਾਂ ਦੇ ਵਿੱਚ ਕਹਿ ਦਿੰਦੇ ਨੇ ਵੀ ਆਪਣੇ ਖਜ਼ਾਨੇ 'ਚ ਦਾਖਲ ਕਰ ਲੈ, ਉਹ ਜਿੰਨੀ ਦੇਰ ਤੱਕ ਉਹਨੂੰ ਜਨਮ ਨਹੀਂ ਮਿਲਦਾ, ਰੂਹ ਉੱਤੇ ਰਹਿੰਦੀ ਹੈ, ਉੱਨੀ ਦੇਰ ਦਾ ਖਰਚਾ ਪਰਮੇਸ਼ਰ ਦਿੰਦਾ, ਗੁਰੂ ਦਿੰਦਾ, ਉਹਦੇ ਖਾਤੇ 'ਚੋਂ ਨਹੀਂ ਘੱਟ ਹੁੰਦਾ। ਉਹਦਾ ਜਦ ਸੰਸਾਰ 'ਚ ਉਹਦਾ ਖਾਤਾ ਭਰਿਆ ਭਰਾਇਆ ਹੁੰਦਾ, ਉਹਦੀਆਂ ਨਿਸ਼ਾਨੀਆਂ ਵੀ ਹੁੰਦੀਆਂ ਵੀ ਇਹਨੇ ਪਿਛਲੇ ਜਨਮ 'ਚ ਕਮਾਈ ਕਰੀ ਆ। ਛੋਟਾ ਬੱਚਾ ਹੀ ਕਹਿਣ ਲੱਗ ਜਾਂਦਾ ਵੀ ਮੈਂ ਗੁਰੂ ਧਾਰਨ ਕਰਨਾ, ਮੈਂ ਦੀਵਾਨ 'ਚ ਜਾਣਾ। ਸੋ ਇਹ ਤੁਸੀਂ ਕਰਮ ਇਕੱਠੇ ਕਰ ਰਹੇ ਹੋ, ਇਹਦਾ ਇਕੱਠੇ ਕਰਨ ਵਾਲਿਆਂ ਨੂੰ ਕਿਰੇਵਾਨ ਕਹਿੰਦੇ ਨੇ, ਜਿਹੜੇ ਤੁਹਾਡੇ ਖਾਤੇ 'ਚ ਜਮ੍ਹਾਂ ਹੋ ਗਏ ਉਹਨਾਂ ਨੂੰ ਸੰਚਤ ਕਹਿੰਦੇ ਨੇ, ਜਿਹੜੇ ਤੁਸੀਂ ਇੱਥੇ ਆ ਕੇ ਭੋਗਣੇ ਨੇ ਉਹਨਾਂ ਨੂੰ ਪਰਾਲਬਧ ਕਹਿੰਦੇ ਨੇ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਚਾਹੇ ਚੰਗਾ ਕਰਮ ਹੈ ਚਾਹੇ ਮਾੜਾ ਹੈ, ਭੋਗੇ ਬਿਨਾਂ ਨਹੀਂ ਜਾਂਦਾ। ਹੱਥ ਤੋਂ ਖੋ ਸਕਿਆ ਮੱਥੇ ਦੀ ਕੋਈ ਨਹੀਂ ਖੋ ਸਕਦਾ, ਇਹ ਤੁਰਦਰਗਾਹ ਦੇ ਲੇਖ ਨੇ। ਸੋ ਇਹਦੇ ਵਿੱਚ ਇਹ ਹੁੰਦਾ ਵੀ ਇਹਨੂੰ ਕੋਈ ਮਹਾਤਮਾ ਮਿਲੂ, ਇਹ ਕਿਸੇ ਸਤਸੰਗ ਵਿੱਚ ਜਾਊਗਾ, ਇਹ ਗੁਰੂ ਨਾਲ ਇਹਦਾ ਮੇਲ ਹੋਏਗਾ ਕਿ ਨਹੀਂ ਹੋਏਗਾ, ਕਿ ਨਕੁਰਾ ਰਹਿ ਕੇ ਆ ਜਾਏਗਾ, ਉਹ ਵੀ ਲੇਖ ਲਿਖਿਆ ਜਾਂਦਾ। ਜਿਨ ਮਸਤਕ ਤੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ, ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਪੇਟਿਓ ਪੁਰਖ ਰਸਕ ਬਹਿਰਾ। ਉਹਦਾ ਨਤੀਜਾ ਕੀ ਹੋਊ? ਰਸਕ ਬਰਾਕੀ ਮਿਲ ਜਾਂਦਾ, ਸਾਧੂ ਮਿਲ ਜਾਂਦਾ, ਗੁਰੂ ਮਿਲ ਜਾਂਦਾ।
ਮਿਟਿਓ ਦੇਰ ਮਿਲਦਾ ਨਾਨਕ ਜਨਮ ਜਨਮ ਕੀ ਸੋਈ ਜਾਗੀ ਮਿਲ ਜਾਂਦਾ, ਹਨੇਰਾ ਮਿਟ ਜਾਂਦਾ, ਗਿਆਨ ਦੂਰ ਹੋ ਜਾਂਦਾ, ਅਤੇ ਜਿਹੜੀ ਇਹ ਆਤਮਾ ਸੁੱਤੀ ਪਈ ਹੈ ਜੀਵ ਆਤਮਾ ਇਹਦੀ ਜਾਗ ਆ ਜਾਂਦੀ ਹੈ। ਸੁੱਤੀ ਪਈ ਹੈ ਕੀ ਕਰਦੀ ਹੈ, ਆਪਣੇ ਆਪ ਨੂੰ ਸਾਢੇ ਤਿੰਨ ਹੱਥ ਦਾ ਸਰੀਰ ਮੰਨੀ ਜਾਂਦੀ ਹੈ, ਸਭ ਨੂੰ ਪਤਾ ਵੀ ਸਰੀਰ ਤਾਂ ਇੱਥੇ ਰਹਿ ਜਾਣ। ਫਿਰ ਕਿੰਨੇ ਕੁ ਬੰਦੇ ਨੇ ਜਿਹੜੇ ਸਰੀਰ ਤੋਂ ਉੱਪਰ ਹੋ ਕੇ ਸੋਚਦੇ ਨੇ, ਸਰੀਰ ਨੂੰ ਇਹ ਕਹਿੰਦੇ ਨੇ ਆਪਣਾ ਆਪ, ਸਰੀਰ ਤੋਂ ਉੱਤੇ ਨਹੀਂ ਜਾਂਦੇ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਪ੍ਰਭੂ ਜਿਨ੍ਹਾਂ ਦੇ ਅੰਦਰ ਬਾਣ ਲੱਗ ਗਿਆ ਨਾ, ਉਹ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈਂਦੇ ਨੇ ਵੀ ਹੈ ਮੈਂ ਤਾਂ ਮਿਲਣ ਆਇਆ ਸੀ, ਪੁਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ, ਤੇਰੀ ਤਾਂ ਉਮਰ ਲੰਘਦੀ ਜਾ ਰਹੀ ਹੈ, ਆਇਓ ਲਾਹਾ ਲੈਣ ਪੁਰਾਣੀ, ਆਇਓ ਲਾਹਾ ਲੈਣ, ਆਇਓ ਲਾਹਾ ਲੈਣ ਪੁਰਾਣੀ, ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਉਗਦੀ ਚੱਲੀ ਰਹਿਣ, ਦੇ ਤਾਂ ਉਮਰ ਲੰਘ ਰਹੀ ਹੈ, ਕਿਹੜੇ ਖਿਆਲਾਂ 'ਚ ਪੈ ਗਿਆ, ਪਰ ਰਹੋ ਤੈਨੂੰ ਪਰਮੇਸ਼ੁਰ ਨੇ ਲਿਖ ਦਿੱਤੀ ਹੈ, ਤੂੰ ਆਪ ਤਾਂ ਕੁਛ ਨਹੀਂ ਕਰ ਰਿਹਾ, ਇਸਕਾ ਬਲ ਨਾ ਹੀ ਸਾਥ ਕਰਨ ਕਰਾਵਨ ਸਰ ਕੋ ਨਾਥ, ਆਗਿਆਕਾਰੀ ਵਪਰਾ ਜੀਓ ਜੋ ਤੇ ਸੁਭਾਵ ਹੈ ਸੋਈ ਫੁੰਤੀ।
ਉਹਨਾਂ ਕੰਮਾਂ 'ਚ ਮਹਾਰਾਜ ਕਹਿੰਦੇ ਪੈ ਗਿਆ ਤੂੰ, ਰੋਟੀ ਤੈਨੂੰ ਦਿੱਤੀ ਆ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਾਰ ਹਰ ਜਿਓ ਭਰਿਆ ਸਾਇਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰੀ ਕਾਗੇ ਕਰਦਾ ਰਿਹਾ, ਉਹਨਾਂ ਨੂੰ ਦਿੰਦਾ ਤੈਨੂੰ ਨਹੀਂ ਦਏਗਾ। ਇਹਦੇ ਫਿਕਰ 'ਚ ਤੂੰ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ, ਕੋਠੇ ਪਾਉਣ ਦੇ ਅੰਦਰ, ਪੈਸੇ ਜੋੜਨ ਦੇ ਅੰਦਰ, ਕੀ ਹੋਏਗਾ ਅਖੀਰ ਦੇ ਉੱਤੇ, ਛੱਡ ਕੇ ਤੁਰ ਜਾਏਗਾ। ਨਤੀਜਾ ਕੀ ਉਹ, ਜੇ ਕਿਤੇ ਭੁੱਲ ਭੁਲੇਖੇ ਪੈਸੇ ਵਿੱਚ ਧਿਆਨ ਰਹਿ ਗਿਆ ਨਾ ਸਾਧ ਸਿੰਘ ਜੀ, ਬਣਦਾ ਕੀ ਹੈ? ਕਹਿੰਦੇ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਵਰੇ ਸਰਪ ਜੋਨ ਬਲ ਬਲ ਉਤਰ ਸੱਪ ਬਣ ਸਫੇ ਵਫਾਦਾਰ ਹੋਇਆ ਕਿ ਫਿਰ ਬਹੁਤ ਮਾਰੂ ਹੋਇਆ। ਜੇ ਕੋਠੀਆਂ 'ਚ ਧਿਆਨ ਰਹਿ ਗਿਆ, ਮਹਾਰਾਜ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮੇਰਾ ਪ੍ਰੇਤ ਜੋਨ ਬਲ ਬਲ ਉਤਰੇ ਪ੍ਰੇਤ ਬਣ ਜੂਗਾ। ਫਿਰ ਧਿਆਨ ਵਾਹਿਗੁਰੂ 'ਚ ਤਾਂ ਰਹਿੰਦਾ ਹੈ ਜੇ ਜਿਉਂਦਾ ਜਿਉਂਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਨਹੀਂ ਤਾਂ ਧਿਆਨ ਉਹੀ ਆਉਂਦਾ ਜਿਹੜਾ ਸਾਰੀ ਜ਼ਿੰਦਗੀ ਕਰੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਪਿਆਰਿਆ ਤੂੰ ਪੁਆਇੰਟ ਸਮਝ, ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀ, ਅਬਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ। ਰਵਿਦਾਸ ਜੀ ਜਿਹਨਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਉਹਨਾਂ ਨੇ ਸਭ ਕੁਝ ਕਰਕੇ ਦਿਖਾਇਆ, ਕਿਰਤ ਕੀਤੀ, ਕਿਰਤ ਵੀ ਇੰਨੀ ਪਤਲੀ। ਖਾਣ ਪੀਣ ਦਾ ਜੇ ਹਾਲ ਪੜ੍ਹੀਏ, ਸਾਧੂਆਂ ਨੂੰ ਵਿੱਚੋਂ ਦਿੰਦੇ ਸੀ, ਕੰਮ ਕੀ ਸੀ, ਪਾਣਾ ਗੰਢੇ ਰਾਹ ਵਿੱਚ ਚੁਰਸਤੇ 'ਤੇ ਬੈਠ ਕੇ ਝੌਂਪੜੀ ਪਾਈ ਹੋਈ ਸੀ ਅਤੇ ਉਸ ਥਾਂ ਦੇ ਉੱਤੇ ਜੋੜੇ ਗੰਢਣ ਦੀ ਸੇਵਾ। ਦੂਸਰੀ ਡਿਊਟੀ ਕੀ ਸੀ, ਜਿਹਨੂੰ ਅਸੀਂ ਪਸੰਦ ਹੀ ਨਹੀਂ ਕਰਦੇ, ਢੋਟ ਬੰਤਾ ਨੀ ਜਾਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਘ ਹਰ ਦਰਸ਼ਨ ਪਾਏ। ਐਸੀ ਅਵਸਥਾ 'ਚੋਂ ਮਹਾਰਾਜ ਕਹਿੰਦੇ ਦੇਖੋ ਕਿਰਤ ਕਹੀ ਜੀ ਸੀ, ਇਹ ਨਹੀਂ ਸੀ ਵੀ ਚੌਂਕੜੇ ਮਾਰ ਕੇ ਬੈਠਦਾ ਸੀ ਆਰਾਮ ਨਾਲ, ਭਗਤ ਰਵਿਦਾਸ ਜੀ ਕੰਮ ਕਰਦਾ ਸੀ, ਡੰਗਰ ਮਰ ਗਿਆ ਉਹਨੂੰ ਚੱਕਣਾ ਪੈਂਦਾ ਸੀ, ਢੋਟ ਬੰਤਾ ਢੋਲ ਢੋਲਦੇ ਸੀ ਮਰੇ ਹੋਏ, ਲੇਕਿਨ ਫਿਰ ਮਾਇਆ ਦੇ ਨਾਲ ਪਿਆਰ ਨਹੀਂ ਸੀ। ਮਾਇਆ ਦੋ ਕਿਸਮ ਦੀ ਹੁੰਦੀ ਹੈ, ਇੱਕ ਨੂੰ ਜੜ ਕਹਿੰਦੇ ਨੇ, ਇੱਕ ਨੂੰ ਚੇਤਨ ਕਹਿੰਦੇ ਨੇ। ਜੜ ਮਾਇਆ ਦੇ ਵਿੱਚ ਸਾਰੇ ਪਦਾਰਥ ਆਉਂਦੇ ਨੇ, ਕੋਠੇ ਜ਼ਮੀਨਾਂ ਜਾਇਦਾਦਾਂ ਬੈਂਕ ਬੈਲੈਂਸ ਪੈਸਾ ਟਕਾ ਹੋਰ ਬੇਅੰਤ ਚੀਜ਼ਾਂ ਇਹਦੇ ਵਿੱਚ ਆਉਂਦੀਆਂ। ਚੇਤਨ ਮਾਇਆ 'ਚ ਆਉਂਦੇ ਨੇ ਪੁੱਤਰ ਧੀਆਂ ਇਸਤਰੀ। ਇਹਨੂੰ ਇੱਕ ਹੋਰ ਮਾਇਆ ਹੈ, ਉਹਨੂੰ ਸੂਖਸ਼ਮ ਮਾਇਆ ਕਹਿੰਦੇ ਨੇ, ਉਹਦੇ ਵਿੱਚ ਆਉਂਦੀਆਂ ਨੇ ਆਪਣੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ ਅਤੇ ਰੂਹਾਨੀ ਤਾਕਤਾਂ। ਇੱਕ ਉਸ ਤੋਂ ਉੱਤੇ ਹੋਰ ਮਾਇਆ, ਉਹ ਮਾਇਆ ਸਭ ਤੋਂ ਤਕੜੀ ਆ। ਤਿੰਨ ਮਾਇਆ ਤਾਂ ਕਾਬੂ ਕਰਨੀਆਂ ਕੋਈ ਔਖੀਆਂ ਨਹੀਂ ਹੈ, ਮਾਮੂਲੀ ਬਾਤ ਆ, ਇਹਦੇ ਆਦਮੀ ਹੱਟ ਕਰੇ ਇਹ ਤਿੰਨੇ ਕਿਸਮ ਦੀ ਮਾਇਆ 'ਚੋਂ ਨਿਕਲ ਸਕਦਾ, ਚੌਥੀ 'ਚੋਂ ਨਹੀਂ ਨਿਕਲ ਸਕਦਾ। ਉਹ ਨਹੀਂ ਖਹਿੜਾ ਛੱਡਦੀ, ਸੈਂਕੜੇ ਜਨਮ ਖਹਿੜਾ ਨਹੀਂ ਛੱਡਦੀ, ਉਹ ਹੈ ਹਉਮੈ ਮਾਇਆ ਜਿਹਨੂੰ ਕਹਿੰਦੇ ਨੇ। ਉਹਦਾ ਕੰਮ ਕੀ ਹੈ, ਇਹਨੂੰ ਆਇਆ ਜਗਦੀਸ਼ ਗਸਾਈ ਤੁਮਰੇ ਚਰਨ ਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਾਂ ਕਰੇ ਵਿਚਾਰ। ਕਹਿੰਦੇ ਵਾਹਿਗੁਰੂ ਨਾਲ ਉਹ ਤੋੜ ਦਿੰਦੀ ਹੈ। ਸੋ ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਸਾਰ ਚਾਰੇ ਕਿਸਮ ਦੀ ਮਾਇਆ ਦਾ ਤਿਆਗ ਕੀਤਾ ਹੋਇਆ ਸੀ।
ਉਹਦੇ ਬਾਰੇ ਮਹਾਰਾਜ ਐਸਾ ਫਰਮਾਨ ਕਰਦੇ ਨੇ। ਤਿੰਨ ਤਿਆਗੀ ਮਹਾਰਾਜ ਟੋਰ ਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧਸੰਗ ਹਰ ਦਰਸ਼ਨ ਪਾਇਆ। ਕਿਹੜੀ ਜਾਤ ਤੋਂ ਉੱਠਿਆ ਜਿਸ ਤਰ੍ਹਾਂ ਵਾਲਮੀਕ ਨੂੰ ਮਹਾਰਾਜ ਕਹਿੰਦੇ ਹੈ ਰੇ ਚਿੱਤ ਚੇਤ ਚੇਤ ਅਚੇਤ ਕਾਏ ਨਾ ਵਾਲਮੀਕ ਦੇਖ ਕੇ ਜਾਤ ਤੇ ਕੇ ਪਦਮ ਹਰਿਓ ਰਾਮ ਭਗਤ ਸ਼ੇਖ ਦੁਆਪਰ ਯੁੱਗ ਵਿੱਚ ਜੋ ਵਾਲਮੀਕ ਹੋਏ ਨੇ ਇੱਕ ਤਾਂ ਤ੍ਰੇਤੇ ਜੋ ਹੈ ਨੇ ਉਹ ਤਾਂ ਬ੍ਰਾਹਮਣ ਸੀਗੇ ਜਿਹਨਾਂ ਕੋਲ ਲੋਕ ਅਤੇ ਕੁਛ ਵਗੈਰਾ ਰਹੇ ਨੇ। ਦੁਆਪਰ ਯੁੱਗ ਦੇ ਅੰਦਰ ਦਿੱਲੀ ਦੇ ਰਹਿਣ ਵਾਲੇ ਸੀਗੇ ਅਤੇ ਜਦੋਂ ਪਾਂਡਵਾਂ ਨੇ ਯੱਗ ਕਰਿਆ ਸੰਪੂਰਨ ਨਾ ਹੋਇਆ ਅਤੇ ਇਹਨਾਂ ਨੂੰ ਬੁਲਾਇਆ ਕ੍ਰਿਸ਼ਨ ਮਹਾਰਾਜ ਨੇ ਆਪ ਇਹਨਾਂ ਦੇ ਚਰਨ ਧੋਤੇ ਆਪ ਜੂਠੀਆਂ ਪੱਤਲਾਂ ਚੁੱਕੀਆਂ ਤਾਂ ਉਹ ਸੰਖ ਵੱਜਿਆ ਜਿਹੜਾ ਸੀ। ਮਹਾਰਾਜ ਕਹਿੰਦੇ ਦੇਖੋ ਕਿੱਡੀ ਬੜੀ ਪਦਵੀ ਪ੍ਰਾਪਤ ਕਰੀ ਰਾਮ ਦੀ ਭਗਤੀ ਨੇ। ਸੋ ਇਸੇ ਤਰ੍ਹਾਂ ਰਵਿਦਾਸ ਜੀ ਨੇ ਚਾਰੇ ਕਿਸਮ ਦੀ ਮਾਇਆ ਦਾ ਤਿਆਗ ਕਰ ਦਿੱਤਾ। ਕਬੀਰ ਸਾਹਿਬ ਇਹਨਾਂ ਦੇ ਗੁਰਭਾਈ ਸੀ। ਇੱਕ ਦਿਨ ਕਬੀਰ ਸਾਹਿਬ ਨੇ ਕਿਹਾ ਕਿ ਇੱਕ ਪਠਾਨ ਬਹੁਤ ਅਮੀਰ ਸੀ ਉਸ ਥਾਂ ਦਾ, ਉਹਨੂੰ ਕਹਿਣ ਲੱਗੇ ਖਾਨ ਸਾਹਿਬ ਤੁਸੀਂ ਰਵਿਦਾਸ ਜੀ ਕੋਲ ਗਏ ਹੋ ਕਦੇ? ਸਾਡਾ ਇਹ ਆਮ ਹਸੂਲ ਹੁੰਦਾ, ਬਹੁਤੇ ਆਦਮੀ ਆਪਣੇ ਮਹਾਂਪੁਰਸ਼ ਦੇ ਕੋਲ ਹੁੰਦਾ ਕਿ ਦੂਏ ਦੇ ਦਰਸ਼ਨ ਹੀ ਨਹੀਂ ਕਰਦੇ, ਨਾ ਉਹਦੇ ਨਾਲ ਗੱਲ ਕਰਦੇ ਹਾਂ ਸਿੱਧੇ ਮੂੰਹ, ਕੁਝ ਹੇਟਿੰਗ ਜੀ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਹੈ। ਇਹ ਬੜੀ ਮਾੜੀ ਗੱਲ ਹੈ। ਰੱਬ ਦੇ ਪਿਆਰੇ ਤਾਂ ਸਾਰੇ ਹੀ ਸਤਿਕਾਰਯੋਗ ਹੋਇਆ ਕਰਦੇ ਨੇ, ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ। ਕਹਿੰਦੇ ਨਾ ਮਹਾਰਾਜ ਮੈਂ ਤਾਂ ਕਦੇ ਗਿਆ ਨਹੀਂ। ਕਹਿੰਦੇ ਜਾਓ ਦਰਸ਼ਨ ਕਰੋ। ਮਹਾਰਾਜ ਕੋਈ ਮਰਿਆਦਾ, ਹਰੇਕ ਦੀ ਮਰਿਆਦਾ ਹੁੰਦੀ ਹੈ, ਹਰ ਕੰਮ ਦੀ ਮਰਿਆਦਾ। ਉਹ ਕਹਿਣ ਲੱਗੇ ਮਰਿਆਦਾ ਇਹ ਹੈ ਵੀ ਜਦੋਂ ਸਾਧੂ ਦੇ ਕੋਲ ਜਾਈਦਾ ਨਾ, ਫੁਰਨੇ ਲੈ ਕੇ ਨਹੀਂ ਜਾਈਦਾ, ਸੰਤ ਕੋਲ ਮਿਲਣਾ ਜਾਈਏ, ਸਾਥ ਨਾ ਦੀਜਾ ਕੋਈ, ਬਾਸ਼ਨਾਵਾਂ ਨਾਲ ਲੈ ਕੇ ਨਹੀਂ ਜਾਈਦੀ, ਨਾ ਇਕੱਠ ਕਰਕੇ ਜਾਈਦਾ, ਕਿਉਂਕਿ ਜਿਹੜੀ ਗੱਲ ਕਰਨੀ ਹੈ ਉਹ ਵਿੱਚੇ ਰਹਿ ਜਾਊ।
ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਜਾਓ। ਦੂਸਰੀ ਬਾਤ ਇਹ ਹੁੰਦੀ ਹੈ, ਮਹਾਂਪੁਰਸ਼ ਕਿਸੇ ਚੀਜ਼ ਦੇ ਭੁੱਖੇ ਨਹੀਂ ਹੁੰਦੇ। ਜੇ ਉਹਨਾਂ ਕੋਲ ਮਾਇਆ ਆਉਂਦੀ ਹੈ, ਉਹਨਾਂ ਦੀ ਭਲਾਈ ਵਾਸਤੇ ਹੀ ਖਰਚ ਕਰਦੇ। ਕੋਈ ਚੀਜ਼ ਲੈ ਜਾ, ਸ਼ਰਧਾ ਦਾ ਪ੍ਰਤੀਕ ਹੁੰਦਾ, ਦੇਖ ਲੈਂਦੇ ਵੀ ਕਿੰਨੀ ਕੁ ਸ਼ਰਧਾ ਇਹਦੇ ਮਨ ਵਿੱਚ ਹੈ। ਸੋ ਤੂੰ ਆਪਣੀ ਹਸਤੀ ਦੇ ਮੁਤਾਬਕ ਕੋਈ ਚੀਜ਼ ਲੈ ਜਾਈ, ਉੱਥੇ ਭੇਟਾ ਕਰੀ। ਮਹਾਂਪੁਰਸ਼ ਨੇ ਵਚਨ ਮੰਨਿਆ, ਉਸਨੇ ਉਹਦੇ ਘਰ ਇੱਕ ਬਹੁਤ ਹੀ ਕੀਮਤੀ ਹੀਰਾ ਸੀ। ਉਸਨੇ ਕਿਹਾ ਵੀ ਹੁਣ ਮੇਰੇ ਗੁਰੂ ਦੇ ਗੁਰਭਾਈ ਨੇ, ਜਿਹਾ ਜਿਹਾ ਸਤਿਕਾਰ ਮੈਂ ਇਹਨਾਂ ਦਾ ਕਰਦਾ, ਉਹਨਾਂ ਦਾ ਵੀ ਐਸਾ ਹੀ ਸਤਿਕਾਰ ਮੈਨੂੰ ਕਰਨਾ ਚਾਹੀਦਾ। ਸੋ ਹੀਰਾ ਲਿਆ, ਜਾ ਕੇ ਰਵਿਦਾਸ ਜੀ ਦੇ ਪਾਸ ਪਹੁੰਚਿਆ। ਉਹ ਇੱਕ ਬੋਰੀ ਵਿਛਾਈ ਹੋਈ ਸੀ, ਇਸ ਸਾਈਡ ਦੇ ਉੱਤੇ ਚਮੜਾ ਸੁੱਟਣ ਵਾਸਤੇ ਥੋੜ੍ਹਾ ਜਿਹਾ ਡੂੰਘਾ ਥਾਂ ਬਣਾਇਆ ਹੋਇਆ ਸੀ। ਆਪਣਾ ਕੰਮ ਕਰ ਰਹੇ ਸੀ, ਥੋੜ੍ਹਾ ਜਿਹਾ ਚਮੜਾ ਕੋਲ ਪਿਆ ਸੀ, ਕੁਝ ਜੋੜੇ ਪਏ ਸੀ, ਉਹਨਾਂ ਨੂੰ ਕੱਢ ਰਹੇ ਸੀ। ਇਹ ਖਾਨ ਸਾਹਿਬ ਗਿਆ, ਪਹਿਲੀ ਦਫ਼ਾ ਦਰਸ਼ਨ ਕਰੇ। ਦਰਸ਼ਨ ਕਰਦੇ ਸਾਰ, ਕਿਉਂਕਿ ਮਹਾਂਪੁਰਸ਼ਾਂ ਨੂੰ ਮਿਲਣ ਵਾਲਾ ਸੀ, ਜਦੋਂ ਮੱਥੇ 'ਤੇ ਜੋਤ ਦੇਖੀ, ਨੇਤਰਾਂ 'ਚ ਰਸ ਦੇਖਿਆ, ਉਸੇ ਵੇਲੇ ਬੜੀ ਸ਼ਰਧਾ 'ਚ ਆਇਆ, ਮਸਤਕ ਨਵਾਇਆ। ਉਹ ਹੀਰਾ ਉਹਨਾਂ ਦੇ ਭੇਟ ਕਰਨ ਵੇਲੇ ਹੇਠਾਂ ਨਾ ਰੱਖਿਆ, ਐਂ ਹੱਥ ਵਿੱਚ ਕਰਕੇ ਐਂ ਕਰਤਾ। ਕਈਆਂ ਨੂੰ ਧਿਆਨ ਹੁੰਦਾ ਵੀ ਸੰਤ ਦੇਖ ਲੈਣ ਮੈਂ ਕੀ ਭੇਟਾ ਕਰ ਰਿਹਾ। ਜੇ ਸੰਤ ਨਹੀਂ ਦੇਖਦੇ, ਵਾਹਿਗੁਰੂ ਤਾਂ ਦੇਖਦਾ ਹੀ ਹੈ। ਗੁਰੂ ਜਿਹੜੇ ਜਿਹਦੇ ਨੁਮਾਇੰਦੇ ਨੇ, ਉਹ ਤਾਂ ਦੇਖਦਾ ਹੀ ਹੈ। ਸੰਤਾਂ ਦਾ ਜ਼ਰੂਰੀ ਤਾਂ ਨਹੀਂ ਦਿਖਾਉਣਾ, ਪਰ ਫਿਰ ਵੀ ਸਾਡਾ ਖਿਆਲ ਹੁੰਦਾ। ਉਹ ਇਹ ਹੱਥ 'ਚ ਰੱਖੀ ਬੈਠਾ, ਕਹਿੰਦੇ ਕੀ ਹੈ ਭਾਈ ਪ੍ਰੇਮੀਆ ਇਹ? ਕਹਿੰਦਾ ਮਹਾਰਾਜ, ਮੈਨੂੰ ਮੇਰੇ ਗੁਰੂ ਦੇਵ ਨੇ ਤੁਹਾਡੇ ਦਰਸ਼ਨਾਂ ਵਾਸਤੇ ਭੇਜਿਆ। ਕਹਿੰਦੇ ਕਿਹਨਾਂ ਨੇ? ਕਹਿੰਦੇ ਕਬੀਰ ਸਾਹਿਬ ਨੇ। ਕਹਿੰਦੇ ਧੰਨਵਾਦ, ਤੁਸੀਂ ਦਰਸ਼ਨ ਦਿੱਤੇ, ਮੇਰੇ ਬੜੇ ਗੁਰਭਾਈ ਨੇ, ਤੁਸੀਂ ਉਹਨਾਂ ਦਾ ਦਰਸ਼ਨ ਕੀਤਾ, ਮੈਂ ਤੁਹਾਡਾ ਕਰ ਰਿਹਾ। ਇਹ ਕੀ ਹੈ? ਕਹਿੰਦੇ ਮਹਾਰਾਜ, ਜਦੋਂ ਮਹਾਤਮਾ ਕੋਲ ਜਾਈਦਾ, ਕੋਈ ਨਾ ਕੋਈ ਚੀਜ਼ ਭੇਟਾ ਲੈ ਕੇ ਜਾਈਦੀ ਹੈ, ਉਹ ਸ਼ਰਧਾ ਦੀ ਪ੍ਰਤੀਕ ਹੁੰਦੀ ਹੈ। ਰਵਿਦਾਸ ਜੀ ਮੁਸਕਰਾ ਪਏ ਵੀ ਇਹਨੂੰ ਪਤਾ ਨਹੀਂ ਹੈ, ਜੇ ਇਹ ਹੀਰੇ ਦੀ ਮਹੱਤਤਾ ਸਮਝ ਰਿਹਾ ਵੀ ਬਹੁਤ ਵੱਡੀ, ਮੈਂ ਬਹੁਤ ਵੱਡੀ ਚੀਜ਼ ਭੇਟਾ ਕਰ ਰਿਹਾ, ਇਹ ਮੈਂ ਹੀ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਉਹਦੇ ਅੰਡਰਲਾਈਨ ਦਾ ਇਹ ਖਿਆਲ ਚੱਲ ਰਿਹਾ। ਰਵਿਦਾਸ ਜੀ ਮੁਸਕਰਾ ਪਏ, ਸਾਰੀ ਗੱਲ ਸਮਝ ਗਏ। ਕਹਿੰਦੇ ਇਹ ਤਾਂ ਸਾਡੇ ਕਿਸੇ ਕੰਮ ਨਹੀਂ ਹੈ, ਅਸੀਂ ਕਰਨਾ ਹੈ। ਕਹਿੰਦਾ ਮਹਾਰਾਜ, ਇਹ ਤਾਂ ਹਜ਼ਾਰਾਂ ਰੁਪਈਆਂ ਦਾ ਚੌਪੜੀ ਪਾਈ ਹੋਈ ਹੈ, ਟੁੱਟੀ ਹੋਈ ਹੈ ਥਾਂ ਥਾਂ ਤੋਂ, ਇਹ ਪਾ ਦਿਓ, ਬੜੀ ਸੋਹਣਾ ਮਕਾਨ ਬਣ ਜਾਏਗਾ ਰਹਿਣ ਵਾਸਤੇ, ਅਤੇ ਇਹ ਬੜਾ ਕੀਮਤੀ ਹੈ। ਕਹਿੰਦੇ ਸਾਡੇ ਕਿਸੇ ਕੰਮ ਨਹੀਂ ਹੈ, ਅਸੀਂ ਤਾਂ ਇਹਦੇ 'ਚ ਬਹੁਤ ਸੰਤੁਸ਼ਟ ਹਾਂ, ਟੁੱਟੀ ਹੋਈ ਚੌਪੜੀ। ਕਿਉਂਕਿ ਸੰਤਾਂ ਦੇ ਅੰਦਰ ਹੋਰ ਕਿਸਮ ਦੀ ਅਮੀਰੀ ਹੁੰਦੀ ਹੈ, ਇਹ ਦਿਖਾਵੇ ਵਾਲੀ ਅਮੀਰੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਜਿਹਦੇ ਅੰਦਰ ਉਹ ਅਮੀਰੀ ਹੈ, ਉਹ ਕੋਈ ਛੋਟਾ ਜਿਹਾ ਬੰਦਾ ਨਹੀਂ ਹੁੰਦਾ। ਜਿਹਨੂੰ ਤੁਸੀਂ ਸਤਿਕਾਰ ਦਿੰਦੇ ਹੋ, ਅਸੀਂ ਕਹਿੰਦੇ ਵੀ ਰਾਜਾ ਸਭ ਤੋਂ ਵੱਡਾ।
ਮਹਾਰਾਜ ਕਹਿੰਦੇ ਉਹ ਰਾਜਾ ਤਾਂ ਹੋਏਗਾ, ਕੋਈ 100 ਮੀਲ ਦਾ ਰਾਜ ਹੋਊ, 200 ਹੋਏਗਾ, 300 ਦਾ ਹੋਏਗਾ, ਪਰ ਜਿਹੜਾ ਪਰਮੇਸ਼ਰ ਦਾ ਪਿਆਰਾ ਉਹਦਾ ਰਾਜ ਤਾਂ ਲਿਮਿਟ ਵਿੱਚ ਹੈ ਹੀ ਨਹੀਂ। ਉਹਦਾ ਇੱਥੇ ਵੀ ਰਾਜ ਚੱਲਦਾ, ਦਰਗਾਹ 'ਚ ਵੀ ਚੱਲਦਾ, ਦਰਗਾਹ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲਾ, ਉਹਦਾ ਕਿਹਾ ਉਹਦਾ ਦਰਗਾਹ ਵਿੱਚ ਵੀ ਮੰਨਿਆ ਜਾ ਰਿਹਾ। ਉਹ ਵੱਡਾ ਰਾਜ ਹੈ, ਝੌਂਪੜੀ ਦਾ ਸਵਾਲ ਨਹੀਂ ਹੁੰਦਾ। ਸੋ ਮਹਾਰਾਜ ਐਸਾ ਫਰਮਾਨ ਕਰਦੇ ਆ, ਚਿੱਤ ਹਰੀ ਦੇ ਨਾਮ ਨਾਲ ਲਾ ਲਾ ਮਤ ਨਾ
ਚੀਰ ਸਭ ਛਿੰਨਾ ਪਾਟੇ ਹੋਏ ਕੱਪੜੇ ਝੌਂਪੜੀ 'ਚ ਰਹਿੰਦਾ। ਜਾਤ ਨਾ ਪਤ ਨਾ ਆਦਰੋ ਦਿਆਨ ਪਰਮੰਨਾ ਮਿੱਤਰ ਨਾ ਇਸ਼ਟ ਧਨ ਰੂਪਹੀਣ ਕੇ ਸਾਖ ਨਾ ਸਿਰ ਰਾਜਾ ਸਗਲੀ ਸਰੇਟਕਾ ਹਰਨਾ ਬਨ ਪਿੰਨਾ। ਝੌਂਪੜੀ ਦੀ ਬਾਤ ਨਹੀਂ ਹੋਇਆ ਕਰਦੀ, ਕਹਿਣ ਲੱਗਿਆ ਤੁਸੀਂ ਆਹ ਪਾ ਦਿਓ, ਬੜਾ ਕੀਮਤੀ ਹੈ ਹੀਰਾ। ਉਹ ਮੁਸਕਰਾਏ, ਵੀ ਇਹਨੂੰ ਪਤਾ ਨਹੀਂ ਹੈ ਸੰਤਾਂ ਦੀ ਮਹਿਮਾ ਦਾ, ਜਾਣਦਾ ਨਹੀਂ ਹੈ ਸੰਤਾਂ ਦੀ ਬਾਤ। ਜਦੋਂ ਨਾ ਇਹ ਹਟਿਆ ਉਹਨਾਂ ਨੇ ਫੜਿਆ, ਜਿੱਥੇ ਚਮੜਾ ਸੁੱਟਦੇ ਹੁੰਦੇ ਉਹ ਟੋਏ ਜਾ ਸੁੱਟਤਾ। ਉਹ ਨਾ ਤਾਂ ਕਹਿੰਦਾ ਮੈਨੂੰ ਵਾਪਸ ਦੇ ਦਿਓ, ਅਫਸੋਸ ਬੜਾ ਆਇਆ ਉਹਦੇ ਮਨ 'ਚ, ਬਈ ਖਾਨਦਾਨ ਦੇ ਵਿੱਚ ਪਿਓ ਦਾਦੇ ਪੜਦਾਦੇ ਤੋਂ ਚੱਲਿਆ ਆ ਰਿਹਾ ਹੀਰਾ, ਇਹਦਾ ਇੱਕ ਕੰਜ ਦੇ ਟੁਕੜੇ ਜਿੰਨੀ ਵੀ ਕਦਰ ਨਾ ਪਈ ਇਹਦੀ। ਵਾਪਸ ਚਲਿਆ ਗਿਆ, ਸਿੱਧਾ ਹੀ ਕਬੀਰ ਸਾਹਿਬ ਕੋਲ ਪਹੁੰਚਿਆ। ਕਬੀਰ ਸਾਹਿਬ ਕਹਿੰਦੇ ਖਾਨ ਸਾਹਿਬ ਕੀ ਗੱਲ, ਸੰਤਾਂ ਦੇ ਦਰਸ਼ਨ ਕਰਦੇ ਤਾਂ ਚਿਹਰੇ ਦੀ ਲਾਲੀ ਭਗਦੀ ਹੁੰਦੀ ਹੈ, ਦਗ ਦਗ ਕਰਦੀ, ਤੂੰ ਉਦਾਸੀ ਖਾਧੀ ਹੈ, ਕੀ ਗੱਲ ਹੋ ਗਈ, ਝਿੜਕਦਾ ਤੈਨੂੰ ਰਵਦਾਸ ਜੀ ਨੇ ਤਾਂ ਮਿਲੇ ਨਹੀਂ ਹੈ, ਦੱਸ ਗੱਲ ਕੀ ਹੈ। ਕਹਿੰਦਾ ਮਹਾਰਾਜ ਮਰਿਆਦਾ ਦੇ ਮੁਤਾਬਕ ਮੈਂ ਉਹਨਾਂ ਦੀ ਭੇਟਾ ਆਪ ਦਾ ਗੁਰ ਭਾਈ ਜਾਣ ਕੇ ਸਾਡੇ ਖਾਨਦਾਨ 'ਚ ਇੱਕ ਕੀਮਤੀ ਹੀਰਾ ਪੁਸ਼ਤ ਦਰ ਪੁਸ਼ਤ ਸਾਂਭਿਆ ਹੁੰਦਾ ਸੀ, ਮੈਂ ਲੈ ਗਿਆ ਅਤੇ ਉਹ ਮੈਂ ਭੇਟਾ ਕਰਿਆ। ਪਹਿਲਾਂ ਮੈਂ ਦੱਸਿਆ ਵੀ ਇਹ ਬੜਾ ਕੀਮਤੀ ਹੈ, ਸਾਰਾ ਸਮਝਾਇਆ, ਉਹ ਦੇਖਦੇ ਰਹੇ ਮੁਸਕਰਾਉਂਦੇ ਰਹੇ। ਫਿਰ ਉਹਨਾਂ ਨੇ ਜਦ ਮੈਂ ਕਿਹਾ ਵੀ ਇਹ ਤਾਂ ਮੈਂ ਭੇਟਾ ਕਰਨਾ ਹੈ ਜ਼ਰੂਰ, ਉਹਨਾਂ ਨੇ ਮੇਰੇ ਹੱਥ 'ਚੋਂ ਫੜਿਆ ਜਿੱਥੇ ਚਮੜੇ ਇਕੱਠੇ ਹੋਏ ਸੁੱਟਦੇ ਸੀ ਉਹਦੇ ਵਿੱਚ ਸੁੱਟਦਾ ਪੱਚਰਾਂ 'ਚ। ਮਹਾਰਾਜ ਸਵੇਰੇ ਸਫਾਈ ਹੋਊਗੀ, ਇਹਨਾਂ ਨੇ ਚੱਕ ਕੇ ਬਾਹਰ ਸੁੱਟ ਦੇਣਾ।
ਹੀਰਾ ਬੜਾ ਕੀਮਤੀ ਆ। ਕਹਿਣ ਲੱਗੇ ਤੂੰ ਚੰਗੀ ਤਰ੍ਹਾਂ ਦੱਸਣਾ ਸੀ ਖਾਨ ਸਾਹਿਬ। ਕਹਿੰਦੇ ਮੈਂ ਤਾਂ ਮਹਾਰਾਜ ਪੂਰਾ ਜ਼ੋਰ ਲਾ ਕੇ ਦੱਸਿਆ, ਉਹ ਸੁਣਿਆ ਹੀ ਨਹੀਂ ਹੈ, ਉਹਨਾਂ ਦਾ ਮੁਸਕਰਾ ਹੀ ਜਾਂਦੇ ਸੀ। ਕਹਿੰਦੇ ਫਿਰ ਆਪਾਂ ਲੈ ਲੈਂਦੇ ਹਾਂ ਜਾ ਕੇ, ਤਾਂ ਉਹਨਾਂ ਦੇ ਕੰਮ ਦਾ ਨਹੀਂ ਹੈ, ਹਜ਼ਾਰਾਂ ਰੁਪਏ ਦਾ ਤੇਰਾ ਹੀਰਾ ਹੈ ਵੀ ਕੰਮ ਸਾਰੇਗਾ, ਆਪਾਂ ਲੈ ਆਉਂਦੇ ਹਾਂ। ਨਾਲ ਲੈ ਕੇ ਚਲੇ ਗਏ। ਜਦੋਂ ਰਵਦਾਸ ਜੀ ਨੇ ਦੇਖਿਆ ਵੀ ਪਠਾਨ ਵੀ ਆ ਰਿਹਾ ਅਤੇ ਕਬੀਰ ਸਾਹਿਬ ਆ ਰਹੇ ਨੇ, ਉੱਠ ਕੇ ਖੜ੍ਹੇ ਹੋ ਗਏ। ਸੰਤ ਸੰਤ ਨੂੰ ਕਦੇ ਵੀ ਆਪਣੀ ਗੱਦੀ 'ਤੇ ਬੈਠਾ ਨਹੀਂ ਮਿਲਦਾ ਹੁੰਦਾ, ਜੇ ਮਿਲੇ ਤਾਂ ਉਹਦੇ ਮਨ 'ਚ ਭਗਵਾਨ ਹੁੰਦਾ ਬਹੁਤ ਵੱਡਾ, ਚਾਹੇ ਛੋਟਾ ਜਿਹਾ ਵੀ ਆ ਗਿਆ ਤਾਂ ਵੀ ਉੱਠ ਕੇ ਖੜ੍ਹੇ ਹੋ ਕੇ ਮਿਲਣਾ ਉਹਨੇ, ਮਰਿਆਦਾ ਹੀ ਐਸੀ ਹੈ। ਦੂਸਰਾ ਹੈ ਕਿ ਘਰੋਂ ਹੀ ਨਹੀਂ ਕਹਿੰਦਾ ਹੈਗਾ ਵੀ ਜਾਓ ਚੰਗਾ ਜੀ ਸਤਿ ਸ਼੍ਰੀ ਅਕਾਲ ਜਾਓ, ਨਹੀਂ ਛੱਡ ਕੇ ਆਉਂਦੇ। ਹੁਣ ਦੁਨੀਆਂ ਦੇ ਰਾਜੇ ਨੂੰ ਸੰਤ ਨਹੀਂ ਛੱਡਣ ਜਾਂਦੇ ਕਦੇ ਵੀ, ਪ੍ਰਾਈਮ ਮਿਨਿਸਟਰ ਆ ਜਾਏ ਕਦੇ ਨਹੀਂ ਕੋਈ ਸੰਤ ਜਾਊ ਕੋਈ ਛੱਡਣ, ਜੇ ਜਾਊ ਤਾਂ ਉਹਨੂੰ ਪਤਾ ਨਹੀਂ ਹੈ, ਬੇਪਰਵਾਹ ਹੁੰਦੇ ਨੇ। ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਵਾਹਿਗੁਰੂ ਤੇ ਬਗੈਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕਿਹੜੀ ਬਾਹਰ ਸੱਚੇ ਨਾ ਹੈ। ਜਿਨ੍ਹਾਂ ਦੇ ਵੱਲ ਵਾਹਿਗੁਰੂ ਹੋ ਗਿਆ ਉਹਨਾਂ ਨੂੰ ਦੁਨੀਆਦਾਰਾਂ ਦੀ ਕੀ ਪਰਵਾਹ, ਚਾਹੇ ਬਾਦਸ਼ਾਹ ਚਾਹੇ ਉਦੋਂ ਵੀ ਬੜਾ ਕੁਛ ਹੈਗਾ। ਬੜੀ ਵਾਰੀ ਮੈਂ ਦੱਸੀਆਂ ਐਸੀਆਂ ਬਾਤਾਂ। ਸੋ ਜਦੋਂ ਕਬੀਰ ਸਾਹਿਬ ਆਏ ਉੱਠ ਕੇ ਖੜ੍ਹੇ ਹੋ ਗਏ, ਜਾ ਕੇ ਜੱਫੀ ਪਾ ਕੇ ਮਿਲੇ। ਹੁਣ ਜਿੱਥੇ ਰਵਦਾਸ ਜੀ ਬਹਿੰਦੇ ਸੀ ਉਹ ਬੋਰੀ ਇੱਕੋ ਹੀ ਸੀ, ਰਵਦਾਸ ਜੀ ਕਬੀਰ ਸਾਹਿਬ ਨੂੰ ਕਹਿੰਦੇ ਤੁਸੀਂ ਬੈਠੋ ਇੱਥੇ, ਮੈਂ ਕੋਈ ਨਹੀਂ ਮੈਂ ਹੇਠਾਂ ਬਹਿ ਜੂੰਗਾ ਮੇਰਾ ਕੀ ਹੈ। ਕਬੀਰ ਸਾਹਿਬ ਬਹਿੰਦੇ ਨਹੀਂ ਹੈ, ਕਹਿੰਦੇ ਤੁਸੀਂ ਬੈਠੋ ਕੋਈ ਗੱਲ ਨਹੀਂ ਅਸੀਂ ਬਹਿ ਜਾਂਗੇ। ਕਹਿੰਦੇ ਨਾ, ਫਿਰ ਉਹਨਾਂ ਨੇ ਕਬੀਰ ਸਾਹਿਬ ਨੂੰ ਬੋਰੀ 'ਤੇ ਬਿਠਾਇਆ, ਆਪ ਥੋੜ੍ਹਾ ਹੇਠਾਂ ਬੈਠ ਕੇ ਕਹਿੰਦੇ ਧੰਨਵਾਦ ਅੱਜ ਤੁਹਾਡੇ ਦਰਸ਼ਨ ਹੋਏ, ਅੱਜ ਤਾਂ ਮੇਰੇ 'ਤੇ ਕੋਈ ਵਾਹਿਗੁਰੂ ਜੀ ਦੀ ਸਪੈਸ਼ਲ ਕਿਰਪਾ ਹੋ ਗਈ ਕਿ ਤੁਹਾਡੇ ਦਰਸ਼ਨ ਹੋਏ, ਅੱਜ ਆਉਣਾ ਕਿਵੇਂ ਹੋਇਆ, ਤੁਸੀਂ ਖੇਚਲ ਕਿਉਂ ਕਰੀ, ਮੈਨੂੰ ਸੁਨੇਹਾ ਭੇਜਦੇ ਮੈਂ ਆਪੇ ਹੀ ਆ ਜਾਂਦਾ। ਕਹਿੰਦੇ ਨਹੀਂ ਰਵਦਾਸ ਜੀ, ਅਸੀਂ ਆ ਖਾਨ ਸਾਹਿਬ ਦੇ ਨਾਲ ਆਏ ਹਾਂ। ਕਹਿੰਦੇ ਹਾਂ ਇਹ ਪਹਿਲਾਂ ਆਏ ਸੀ, ਇਹਨਾਂ ਨੇ ਹੀਰਾ ਤੁਹਾਨੂੰ ਭੇਟਾ ਕਰਿਆ ਸੀ। ਕਹਿੰਦੇ ਹਾਂ। ਕਹਿੰਦੇ ਉਹ ਤਾਂ ਬਹੁਤ ਕੀਮਤੀ ਸੀ, ਇਹਨੇ ਦੱਸਿਆ ਨਹੀਂ। ਕਹਿੰਦੇ ਕਹਿੰਦਾ ਸੀਗਾ, ਪਰ ਕੀਮਤ ਦੇ ਵਿੱਚ ਫਰਕ ਹੁੰਦਾ ਹੈ। ਕਿਸੇ ਨੂੰ ਇਹ ਕੋਈ ਚੀਜ਼ ਕੀਮਤੀ ਲੱਗਦੀ ਹੈ, ਕਿਸੇ ਨੂੰ ਕੀਮਤੀ ਲੱਗਦੀ ਨਹੀਂ ਹੈ। ਜਿਹਨਾਂ ਦੀ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਹੈ ਸਾਧ ਦੀ, ਉਹਨਾਂ ਦੇ ਦ੍ਰਿਸ਼ਟੀ ਵਿੱਚ ਫਰਕ ਹੁੰਦਾ ਹੈ। ਮਹਾਰਾਜ ਜੀ ਲਿਖਦੇ ਨੇ ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਸਾਧੂ ਜਨ, ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਸਾਧੂ ਜਨ। Thank you.
ਜੀਵਨ ਮੁੜ ਸਰੂਪ ਹਾਂ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖਾਟੀ, ਦੋਵੇਂ ਚੀਜ਼ਾਂ ਬਰਾਬਰ ਨੇ, ਫਰਕ ਨਹੀਂ ਹੋਇਆ ਕਰਦਾ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਸੀ, ਆਪਦੀ ਲੀਲਾ ਦੇ ਮੁਤਾਬਕ ਇੱਕ ਬਹੁਤ ਹੀ ਭਿਆਨਕ ਯੁੱਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 6 ਮਹੀਨੇ ਹੋ ਚੁੱਕੇ ਸਨ ਅਨੰਦਪੁਰ ਸਾਹਿਬ ਘੇਰੇ ਵਿੱਚ ਆਇਆ ਹੋਇਆ ਸੀ, ਅਤੇ ਦੁਸ਼ਮਣ ਦੀ ਫੌਜ ਦਾ ਬਲ ਜਿਹੜਾ ਸੀ ਉਹ ਘੱਟਦਾ ਨਹੀਂ ਸੀ, ਵੱਧਦਾ ਜਾਂਦਾ, ਕਿਉਂਕਿ ਰੀਇਨਫੋਰਸਮੈਂਟ ਆਈ ਜਾਂਦੀ ਸੀ। ਗੁਰੂ ਮਹਾਰਾਜ ਨੇ ਲਿਖਿਆ ਕਿ 10 ਲੱਖ ਬੰਦਾ ਸਾਡੇ ਖਿਲਾਫ ਇਹਨਾਂ ਨੇ ਸਾਫ ਬੰਦ ਕੀਤਾ ਹੋਇਆ ਸੀ, ਕਿਤੇ ਨਾਕੇ ਲਾਏ ਹੋਏ ਨੇ, ਕਿਤੇ ਥਾਂ ਥਾਂ ਸਾਰੇ ਪੰਜਾਬ ਦੇ ਵਿੱਚ ਕਿਤੋਂ ਕੋਈ ਮਦਦ ਨਹੀਂ ਸੀ ਆ ਸਕਦੀ। 10 ਲੱਖ ਬੰਦਾ ਸੀ ਜਿਹਦੇ ਵਿੱਚ ਮਲਖਈਆ ਸੀ, ਵਿੱਚ ਰੈਗੂਲਰ ਆਰਮੀ ਸੀ। ਉਹ ਇੱਕ ਦਿਨ ਬਹੁਤ ਭਿਆਨਕ ਯੁੱਧ ਹੋਇਆ। ਉਦਣ ਗੁਰੂ ਮਹਾਰਾਜ ਪੁੱਛਣ ਲੱਗੇ ਕਿ ਅੱਜ ਯੁੱਧ ਦਾ ਹਾਲ ਦੱਸੋ। ਸਾਰੇ ਜਥੇਦਾਰ ਆ ਗਏ, ਸਾਰਿਆਂ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਇੱਕ ਵਾਰੀ ਤਾਂ ਉਹ ਸ਼ਹਿਰ 'ਚ ਆ ਵੜੇ ਸੀ, ਪਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਐਸਾ ਬਲਦਾਰ ਹੱਲਾ ਕਰਿਆ, ਬਾਹਰ ਕੱਢ ਮਾਰੇ, ਮੁੜ ਕੇ ਆਪਣੇ ਮੋਰਚਿਆਂ ਚਲੇ ਗਏ। ਸਾਰਾ ਦਿਨ ਯੁੱਧ ਹੁੰਦਾ ਰਿਹਾ, ਆਪ ਅੰਤਰਜਾਮੀ ਉਹ ਸਭ ਕੁਝ ਜਾਣ। ਕੁਛ ਸਿੰਘ ਕਹਿਣ ਲੱਗੇ ਕਿ ਮਹਾਰਾਜ ਸਾਨੂੰ ਕੁਛ ਸ਼ਿਕਾਇਤ ਹੈ। ਕਹਿੰਦੇ ਦੱਸੋ ਭਾਈ ਸ਼ਿਕਾਇਤ ਕਾਹਦੀ ਹੈ, ਦੂਰ ਕਰ ਦਿੰਦੇ ਹਾਂ। ਕਹਿਣ ਲੱਗੇ ਮਹਾਰਾਜ ਆਪਣੇ ਫੌਜ ਦੇ ਵਿੱਚ, ਖਾਲਸਾ ਆਰਮੀ ਦੇ ਵਿੱਚ ਇੱਕ ਜਸੂਸ ਫਿਰਦਾ। ਉਹ ਕਹਿੰਦੇ ਉਹ ਕੌਣ ਹੈ? ਕਹਿੰਦੇ ਉਹਦਾ ਨਾਮ ਕਨ੍ਹਈਆ ਸਾਧ ਹੈ, ਸਾਧ ਦਾ ਰੂਪ ਧਾਰਿਆ ਹੋਇਆ। ਸੱਚੇ ਪਾਤਸ਼ਾਹ ਆਪਣੇ ਉਹਨੂੰ ਸ਼੍ਰੀ ਸਾਹਿਬ ਦਿੱਤੀ ਸੀ, ਉਹਨੇ ਸ਼੍ਰੀ ਸਾਹਿਬ ਦਾ ਜਿਹੜਾ ਮੁੱਠਾ ਸੀ ਸਾਹਮਣੇ ਨਹੀਂ ਸੀ ਕਰਿਆ, ਪਿੱਛੇ ਕਰ ਲਿਆ ਸੀ। ਆਪਨੇ ਪੁੱਛਿਆ ਵੀ ਕਨ੍ਹਈਆ ਇਹ ਕੀ ਗੱਲ? ਕਹਿੰਦਾ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਮਾਰਨਾ, ਉਹਨੂੰ ਆਪਦੀ ਤਲਵਾਰ ਕੱਢਣ ਦੀ ਲੋੜ ਨਾ ਪਵੇ, ਮੇਰੀ ਉਹ ਪਿੱਛੋਂ ਖਿੱਚ ਕੇ ਮਾਰ ਲਵੇ। ਉਹਨੂੰ ਸੱਚੇ ਪਾਤਸ਼ਾਹ ਤੁਸੀਂ ਕੁਛ ਨਹੀਂ ਸੀ ਕਿਹਾ। ਕਹਿੰਦੇ ਹੁਣ ਕੀ ਕਰਤਾ ਉਹਨੇ? ਕਹਿੰਦੇ ਹੁਣ ਮਹਾਰਾਜ ਉਹ ਪਾਣੀ ਪਿਲਾਉਂਦਾ ਹੈ, ਬਹੁਤ ਜ਼ਿਆਦਾ ਯੁੱਧ ਛਿੜਿਆ ਜਾਂਦਾ ਹੀ ਪਿਲਾਉਂਦਾ। ਪਰ ਅੱਜ ਅਸੀਂ ਖਾਸ ਧਿਆਨ ਨਾਲ ਦੇਖਿਆ, ਤੀਰ ਚੱਲ ਰਹੇ ਨੇ, ਗੋਲੀਆਂ ਚੱਲ ਰਹੇ ਨੇ, ਲੜਾਈ ਹੋ ਰਹੀ ਹੈ, ਤਲਵਾਰਾਂ ਚੱਲ ਰਹੀਆਂ, ਮਜਾ ਲਾਏ ਤਾਂ ਕੋਈ ਤਲਵਾਰ ਮਾਰੇ। ਉਹ ਜੇ ਮੁਗਲ ਫੌਜਾਂ ਦੇ ਸਾਹਮਣੇ ਆ ਗਿਆ ਪਾਸੇ ਹਟ ਜਾਂਦੀਆਂ, ਇਹਨੂੰ ਕੁਛ ਕਹਿੰਦਾ ਹੀ ਨਹੀਂ ਕੋਈ। ਪਾਣੀ ਪਿਲਾਉਂਦਾ ਫਿਰਦਾ, ਜਿੱਥੋਂ ਪਾਣੀ ਦੀ ਆਵਾਜ਼ ਆਉਂਦੀ ਉੱਥੇ ਨੂੰ ਨੱਠ ਜਾਂਦਾ। ਕਈ ਵਾਰੀ ਮਹਾਰਾਜ ਐਸਾ ਹੋਇਆ ਅਸੀਂ ਪਾਣੀ ਮੰਗਿਆ, ਲੇਕਿਨ ਉੱਥੇ ਪਾਣੀ ਦੂਏ ਨੂੰ ਪਿਲਾਈ ਜਾਂਦਾ, ਉਹਨਾਂ ਨੂੰ ਅਸੀਂ ਮਾਰ ਕੇ ਸਿੱਟਿਆ। ਅਤੇ ਸਾਨੂੰ ਐਂ ਲੱਗਦਾ ਵੀ ਉਹਨੂੰ ਜਿਹੜਾ ਕੁਛ ਕਹਿੰਦੇ ਨਹੀਂ ਹੈ ਉਹ ਜ਼ਰੂਰ ਜਸੂਸ ਹੈ। ਮਹਾਰਾਜ ਕਹਿੰਦੇ ਬੁਲਾਓ। 2 ਸਿੰਘ ਭੇਜੇ, ਡੇਰੇ ਗਏ, ਉੱਥੇ ਉਹਨਾਂ ਨੇ ਕਿਹਾ ਵੀ ਅਜੇ ਤਾਂ ਉਹ ਆਏ ਨਹੀਂ ਹੈ, ਅੱਜ ਯੁੱਧ ਬਹੁਤਾ ਭਿਆਨਕ ਹੋਇਆ, ਅਜੇ ਉਹ ਪਾਣੀ ਬੁਲਾਉਂਦੇ ਫਿਰਦੇ ਨੇ। ਹਨੇਰੀ ਰਾਤ ਸੀ ਉਸ ਵੇਲੇ, ਦੋਹਾਂ ਫੌਜਾਂ ਦੀ ਜਿਹੜੀ ਰੈੱਡ ਕ੍ਰਾਸ ਸੀ ਉਹ ਆਪਣੇ ਆਪਣੇ ਮਰੀਜ਼ਾਂ ਨੂੰ ਪਾਲਕੀਆਂ 'ਚ ਚੁੱਕ ਰਹੇ ਸੀ ਪਛਾਣ ਪਛਾਣ ਕੇ।
ਉਹ ਸਿੰਘ ਚਲੇ ਗਏ ਜਾ ਕੇ। ਜੰਗ ਬਹੁਤ ਲੰਮਾ ਚੌੜਾ ਸੀ, ਮੈਦਾਨੇ ਜੰਗ। ਲੇਕਿਨ ਉਹਨਾਂ ਨੂੰ ਇੱਕ ਆਵਾਜ਼ ਸੁਣਾਈ ਦੇ ਤੀ ਹਨੇਰੇ 'ਚ। ਉਹ ਆਵਾਜ਼ ਸੀ ਇਸ ਤਰ੍ਹਾਂ ਦੇ ਨਾਲ, ਗੱਲਬਾਤ ਸ਼ੁਰੂ ਹੋਈ। ਕਿਸੇ ਜ਼ਖਮੀ ਨੂੰ ਉਹਨੇ ਚੁੱਕਿਆ, ਪੱਟ ਦੇ ਉੱਤੇ ਉਹਦਾ ਸਿਰ ਰੱਖਿਆ, ਦੰਦਲ ਖੋਲ੍ਹੀ ਅਤੇ ਮਸ਼ਕ ਦਾ ਪਾਣੀ ਉਹਦੇ ਮੂੰਹ ਚੂਲੀ ਨਾਲ ਪਾਇਆ। ਪਾਣੀ ਅੰਦਰ ਗਿਆ ਅਤੇ ਉਸਨੂੰ ਹੋਸ਼ ਆ ਗਈ। ਪਹਿਲਾਂ ਹੀ ਉਹਨੇ ਸਵਾਲ ਕੀਤਾ, ਕੌਣ? ਹਨੇਰਾ ਸੀ, ਪਛਾਣ ਨਾ ਸਕਿਆ। ਭਾਈ ਕਨ੍ਹੱਈਆ ਕਹਿਣ ਲੱਗਿਆ ਕਿ
ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਧਰਾ ਜਿਹਾ ਸਿੱਖ, ਗਰੀਬ ਸਿੱਖ, ਕੰਮ ਗਿਆ ਉਹ ਵੀ ਹੈ, ਇਹ ਤਾਂ ਫਿਰ ਸਿੱਖ ਨਾਲ ਮੇਰਾ ਵਾਹ ਪੈ ਗਿਆ। ਕਹਿਣ ਲੱਗਿਆ, ਘਨੱਈਆ ਮੈਂ ਤੈਨੂੰ ਸੱਚ ਇਹ ਦੱਸਦਾ, ਵੀ ਤੈਨੂੰ ਭੁਲੇਖਾ ਲੱਗਿਆ, ਤੂੰ ਪਾਣੀ ਮੈਨੂੰ ਪਿਲਾਇਆ, ਮੈਂ ਤਾਂ ਉਹ ਜਰਨੈਲ ਹਾਂ ਜਿਹੜਾ ਅੱਜ ਬੀੜਾ ਚੁੱਕਿਆ ਸੀ ਜਿਸ ਨੇ, ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਾਂ ਸ਼ਹੀਦ ਕਰ ਦਾਂਗਾ ਜਾਂ ਜਿਉਂਦਾ ਫੜ ਕੇ ਲਿਆਵਾਂਗਾ। ਮੈਨੂੰ ਸਿੱਖਾਂ ਨੇ ਜ਼ਖਮੀ ਕਰਕੇ ਸੁੱਟ ਦਿੱਤਾ, ਮੈਂ ਜਿੱਦਾਂ ਹੀ ਬੇਹੋਸ਼ ਪਿਆ, ਅਤੇ ਤੈਂ ਮੈਨੂੰ ਪਾਣੀ ਪਿਲਾ ਕੇ ਹੋਸ਼ ਵਿੱਚ ਲਿਆਂਦਾ, ਮੈਂ ਬਹੁਤ ਤੇਰਾ ਧੰਨਵਾਦ ਕਰਦਾ। ਪਰ ਇੱਕ ਗੱਲ ਮੈਂ ਨਾਲ ਦੀ ਨਾਲ ਪੁੱਛਦਾ, ਵੀ ਜਦ ਮੈਂ ਇਹ ਗੱਲ ਦੱਸਤੀ ਤੈਨੂੰ ਵੀ ਮੈਂ ਜਰਨੈਲ ਹਾਂ ਉਹਨਾਂ ਫੌਜਾਂ ਦਾ, ਤੇਰੇ ਮਨ ਵਿੱਚ ਮੇਰੇ ਵਾਸਤੇ ਗਿਲਾਨੀ ਤਾਂ ਨਹੀਂ ਆਈ? ਕਿਉਂਕਿ ਮੈਂ ਰਿਣੀ ਹਾਂ, ਤੈਂ ਮੈਨੂੰ ਜੀਵਨ ਦਾਨ ਦਿੱਤਾ, ਅਤੇ ਤੇਰੇ ਮਨ 'ਚ ਤਾਂ ਨਹੀਂ ਗਿਲਾਨੀ ਆਈ? ਇਹ ਲੱਗਿਆ ਖਾਨ ਸਾਹਿਬ, ਸਾਡੇ ਗੁਰੂ ਨੇ ਸਾਡੇ ਵਿੱਚੋਂ ਇਹ ਗੱਲ ਕੱਢ ਦਿੱਤੀ। ਸਾਡੀ ਦ੍ਰਿਸ਼ਟੀ ਦੇ ਅੰਦਰ ਸਾਰਾ ਸੰਸਾਰ ਜਿਹੜਾ ਹੈਗਾ ਉਹ ਆਪਣਾ, ਇੱਥੇ ਬੇਗਾਨਾ ਨਹੀਂ ਹੈ ਕੋਈ। ਉਹਨੇ ਦ੍ਰਿਸ਼ਟੀ ਦੇ ਦਿੱਤੀ ਵੀ ਇੱਕੋ ਅੱਲਾ ਦਾ ਨੂਰ ਸਾਰਿਆਂ 'ਚ ਪਰਿਪੂਰਨ ਹੈ, ਅਤੇ ਹੁਣ ਸਾਡੇ ਵਾਸਤੇ ਸਾਰੇ ਮਿੱਤਰੇ ਨੇ। ਨਾ ਦਿੱਸੇ ਬੇਗਾਨਾ ਜੀ ਨਾ ਕੋਈ ਬੈਰੀ, ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋਈ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਏ। ਮੇਰੇ ਗੁਰੂ ਨੂੰ ਤਾਂ ਇਹ ਦੱਸਿਆ ਵੀ ਇੱਥੇ ਪਰਮੇਸ਼ਰ ਤੋਂ ਬਿਨਾਂ ਹੈ ਨਹੀਂ ਕੋਈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਅਨੰਤ ਕੋ ਫਿਰੇ। ਇਹ ਤਾਂ ਮੇਰਾ ਮਾਰ ਕੇ ਸਾਰੇ ਰੂਪ ਧਾਰ ਕੇ ਖੇਲਦਾ ਫਿਰਦਾ। Thank you.
ਸਾਡੀ ਅੱਖ ਦੇ ਅੰਦਰ ਗੁਰੂ ਨੇ ਹਨੇਰਾ ਨਹੀਂ ਰਹਿਣ ਦਿੱਤਾ, ਸਾਡੇ ਵਾਸਤੇ ਦੁਸ਼ਮਣ ਕੋਈ ਹੈ ਹੀ ਨਹੀਂ, ਭੁੱਲਿਆ ਹੋਇਆ ਕੋਈ ਹੈ ਹੀ ਨਹੀਂ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸਦੇ ਪਾਣੀ, ਕੋਈ ਨਾ ਭੁੱਲਾ ਜਿਨ ਸਗਲੋ ਭਰਮ ਪਿੱਛਾ। ਕਹਿਣ ਲੱਗਿਆ ਕਨਈਆ ਮੈਂ ਤੇਰਾ ਰਿਣ। ਗੁਰੂ ਗੋਬਿੰਦ ਸਿੰਘ ਐਸਾ ਹੈ, ਉਸਦੀ ਤਾਲੀਮ ਐਸੀ ਹੈ, ਉਹ ਮੁਗਲਾਂ ਦੇ ਖਿਲਾਫ ਨਹੀਂ। ਕਹਿੰਦਾ ਨਾ ਖਾਨ ਸਾਹਿਬ, ਉਹ ਕਿਸੇ ਦੇ ਵੀ ਖਿਲਾਫ ਨਹੀਂ, ਸਭ ਦਾ ਭਲਾ ਕਰਦਾ। ਉਹ ਤਾਂ ਤੁਸੀਂ ਉਹ ਚੜ ਚੜ ਕੇ ਆਉਂਦੇ। ਜਿਹੜਾ ਸਤਿਗੁਰੂ ਹੈ ਉਹ ਆਰਸੀ ਵਰਗਾ ਹੁੰਦਾ, ਨਿਰਵੈਰ ਨਿਰਾਨਾ ਸਾਰਾ
ਜਨਮ ਕਹਿਣ ਲੱਗੇ ਖਾਨ ਸਾਹਿਬ ਸਤਿਗੁਰੂ ਸਭ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ? ਉਹ ਤਾਂ ਸਾਰੀ ਸ੍ਰਿਸ਼ਟੀ ਨੂੰ ਉਧਾਰਨ ਵਾਸਤੇ ਆਇਆ ਹੋਇਆ ਹੈ ਅਤੇ ਸਾਡੀ ਦ੍ਰਿਸ਼ਟੀ ਦੇ ਵਿੱਚੋਂ ਉਸਨੇ ਦੁਆਇਤ ਕਰਮ ਕੱਢ ਦਿੱਤੀ ਹੈ, ਉਹ ਤਾਂ ਬੰਬਾ ਹੈ ਉਸਦਾ, ਉੱਥੋਂ ਤਾਂ ਪੈਦਾ ਹੁੰਦੀ ਹੈ ਸਾਰੀ ਚੀਜ਼, ਸਾਨੂੰ ਨਹੀਂ ਕੋਈ ਬੁਰਾ ਲੱਗਦਾ, ਸਭ ਸਾਡੇ ਆਪਣੇ ਹੀ ਲੱਗਦੇ ਨੇ। ਕਹਿਣ ਲੱਗਿਆ ਐਸੀ ਤਾਂ ਨਹੀਂ ਭਾਈ ਕਨਈਆ, ਤੈਂ ਮੇਰੇ ਮੂੰਹ ਵਿੱਚ ਪਾਣੀ ਨਹੀਂ ਪਾਇਆ, ਆਵੇ ਹਯਾਤ ਪਾਏ, ਮੈਨੂੰ ਜੀਵਨ ਦੇ ਤਾ, ਜੀਵਨੀ ਨਹੀਂ ਦੇ ਤਾ, ਮੇਰੀ ਅੱਖ ਵੀ ਖੁੱਲ੍ਹ ਗਈ, ਮੇਰੇ ਦਿਲ ਦੇ ਅੰਦਰੋਂ ਸਾਰੀ ਕਦੂਰਤ ਸਾਰੀ ਬਰਿਆਈ ਤੈਂ ਕੱਢ ਦਿੱਤੀ, ਮੈਂ ਇਹਦਾ ਬਦਲਾ ਦੇਵਾਂਗਾ, ਅੱਲਾਹ ਤਾਲਾ ਮੈਨੂੰ ਫੈਜ਼ ਦੇਵੇ। ਇਹਨੇ ਨੂੰ ਬਚਨ ਹੁੰਦੇ ਸਿੰਘ ਆ ਗਏ, ਕਹਿੰਦੇ ਕਨਈਆ ਜੀ ਗੁਰੂ ਮਹਾਰਾਜ ਨੇ ਤੁਹਾਨੂੰ ਬੁਲਾਇਆ। ਉੱਥੋਂ ਹੀ ਆਪ ਉੱਠੇ, ਮਹਾਰਾਜ ਦੇ ਜਾ ਕੇ ਹਾਜ਼ਰ ਹੋਏ, ਜਾ ਕੇ ਨਮਸਕਾਰ ਕਰੀ, ਬਹੁਤ ਨਿਮਰਤਾ ਦੇ ਨਾਲ ਆਪ ਖੜ੍ਹੇ ਨੇ, ਇੱਕ ਪਾਸੇ ਮਸ਼ਕ ਪਾਈ ਹੋਈ ਹੈ, ਸੇਵਾ ਦੀ ਮੂਰਤੀ ਬਣੇ ਖੜ੍ਹੇ ਨੇ। ਮਹਾਰਾਜ ਕਹਿਣ ਲੱਗੇ ਕਨਈਆ ਤੇਰੀ ਸ਼ਿਕਾਇਤ ਕਰਦੇ ਨੇ ਬਈ ਸਿੰਘ। ਕਹਿਣ ਲੱਗਿਆ ਪਾਤਸ਼ਾਹ ਗਲਤੀਆਂ ਤਾਂ ਮੇਰੇ ਮੈਂ ਇੰਨੀਆਂ ਕਰਦਾ ਕਿ ਗਿਣਤੀ ਬਿਣਤੀ ਤੋਂ ਬਾਹਰ ਨੇ। ਠੀਕ ਹੈ ਕਹਿੰਦੇ ਹੁਣ, ਕਹਿੰਦੇ ਤੂੰ ਮੁਗਲ ਫੌਜਾਂ ਨੂੰ ਪਾਣੀ ਪਿਲਾਉਂਦਾ ਰਿਹਾ। ਮਹਾਰਾਜ ਮੈਂ ਨਹੀਂ ਪਿਲਾਇਆ ਕਿਸੇ ਫੌਜ ਨੂੰ, ਪਹਾੜੀ ਫੌਜਾਂ ਨੂੰ ਬੁਲਾਉਂਦਾ ਸੀ, ਕਹਿੰਦੇ ਨਾ। ਫਿਰ ਖਾਲਸਾ ਫੌਜਾਂ ਨੂੰ ਬੁਲਾਉਂਦਾ ਸੀ, ਕਹਿੰਦਾ ਨਹੀਂ ਮਹਾਰਾਜ। ਉਸ ਵੇਲੇ ਬੋਲ ਪਏ, ਕਹਿੰਦੇ ਮਹਾਰਾਜ ਹੁਣ ਡਰਦਾ ਮਾਰਿਆ ਕਹਿ ਰਿਹਾ, ਅਸੀਂ ਜਿਸ ਵਕਤ ਇਹਦੇ ਕੋਲ ਗਏ ਹਾਂ ਉਸ ਵੇਲੇ ਮੁਗਲ ਖਾਨ ਜਰਨੈਲ ਨੂੰ ਪਾਣੀ ਪਿਲਾ ਕੇ ਹੋਸ਼ ਵਿੱਚ ਲੈ ਜਾਂਦਾ ਸੀ, ਅਤੇ ਸਿੰਘਾਂ ਨੇ ਬੜੀ ਮੁਸ਼ਕਲ ਦੇ ਨਾਲ ਉਸਨੂੰ ਬੇਹੋਸ਼ ਕਰਕੇ ਸਿੱਟਿਆ ਸੀ, ਇਸ ਕਰਕੇ ਵੀ ਜੇ ਮਾੜਾ ਮੋਟਾ ਸਵਾਸ ਬਚਦਾ ਰਾਤ ਨੂੰ ਆਪੇ ਮਰ ਜੂਗਾ। ਮਹਾਰਾਜ ਉਹਨੂੰ ਹੋਸ਼ ਲਿਆਤਾ, ਇਹਨੇ ਕਹਿ ਤੁਸੀਂ ਖਾਮੋਸ਼, ਤੁਸੀਂ ਨਾ ਬੋਲੋ। ਫੇਰ ਕਨਈਆ ਤੂੰ ਪਾਣੀ ਕਿਹਨੂੰ ਪਿਲਾਉਂਦਾ ਰਿਹਾ? ਕਹਿੰਦਾ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ, ਜਦ ਮੈਂ ਅੱਖਾਂ ਤੋਂ ਅੰਨਾ ਸੀ ਮੈਨੂੰ ਮੁਗਲ ਵੀ ਨਜ਼ਰ ਆਉਂਦੇ ਸੀ, ਪਹਾੜੀ ਵੀ ਨਜ਼ਰ ਆਉਂਦੇ ਸੀ, ਖਾਲਸਾ ਵੀ ਨਜ਼ਰ ਆਉਂ, ਤੁਸੀਂ ਵੀ ਆਉਂਦੇ ਸੀ। ਹੁਣ ਜਦ ਮੇਰੀ ਅੱਖ ਦੇ ਵਿੱਚ ਤੁਸੀਂ ਗਿਆਨ ਦਾ ਸੁਰਮਾ ਪਾਤਾ ਪਾਤਸ਼ਾਹ, ਮੇਰੇ ਨੈਣ ਖੁੱਲ੍ਹ ਗਏ, ਹੁਣ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ ਤੁਹਾਡੇ ਬਗੈਰ। ਮੇਰੇ
ਘੱਟ ਤੂੰ ਹੀ ਮੋਹਿਨਾ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪਰ ਪਾਤਸ਼ਾਹ ਹਨੇਰਾ ਹਟ ਗਿਆ ਤਹਿ ਭਇਆ ਪ੍ਰਕਾਸ਼ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕਿਰਾਖੀ ਅਦਿਸ਼ਟ ਗੋਚਰ ਲੱਖ ਨਿਰੰਜਨ ਸੋ ਗੁਰਮੁਖ ਦੇਖਿਆ ਕੀ ਮੈਂ ਤੁਹਾਡੇ ਰਾਹੀਂ ਉਹਨੂੰ ਅੱਖਾਂ ਨਾਲ ਦੇਖ ਲਿਆ ਤੁਸੀਂ ਉਹ ਸਾਰਿਆਂ ਦੇ ਅੰਦਰ ਪਰਿਪੂਰਨ ਹੋ ਘੱਟ ਘੱਟ 'ਚ ਵਿਆਪਕ ਹੋ ਮੈਂ ਤਾਂ ਕਿਸੇ ਨੂੰ ਪਾਣੀ ਨਹੀਂ ਪਿਲਾਇਆ ਆਪਣੇ ਬਗੈਰ ਮਹਾਰਾਜ ਉੱਠੇ ਬੁੱਕਲ 'ਚ ਫੈਲੇ ਕਹਿੰਦੇ ਕਨਈਆ ਨਿਹਾਲ 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 ਅੱਜ ਤੋਂ ਪਿੱਛੋਂ ਮੈਨੂੰ ਇਕੱਲਾ ਪਾਣੀ ਨਾ ਪਿਲਾਈ ਪੱਟੀਆਂ ਲਿਆਓ ਭਾਈ ਮਲਮ ਲਿਆਓ ਆ ਵੀ ਨਾਲ ਰੱਖੀ ਮਲਮ ਅਤੇ ਪੱਟੀਆਂ ਨਾਲ ਰੱਖੀ ਜ਼ਖਮ ਸਾਫ਼ ਕਰੀ ਮਲਮ ਲਾਈ ਫਿਰ ਪੱਟੀ ਬੰਨੀ ਫਿਰ ਮੈਨੂੰ ਪਾਣੀ ਪਿਲਾਈ ਕਿੱਡਾ ਵਿਸ਼ਾਲ ਹੈ ਗੁਰੂ ਦਸ਼ਮੇਸ਼ ਪਿਤਾ ਦਾ ਦੇਵਦਾ ਅਸੀਂ ਕਿੱਥੇ ਸੋਚਦੇ ਹਾਂ ਉਹਨਾਂ ਬਾਰੇ ਕਿੰਨੀਆਂ ਗਲਤ ਧਾਰਨਾਵਾਂ ਸਾਡੇ ਮਨ 'ਚ ਪਈਆਂ ਨੇ ਸੋ ਨਾਲ ਮਹਾਰਾਜ ਨੇ ਕਿਹਾ ਭਾਈ ਕਨਈਆ ਤੇਰੀ ਸੇਵਾ ਪ੍ਰਵਾਨ ਸਾਧ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨੇ ਆ ਤਾਂ ਪਾਪਕ ਸੰਭਲ ਪਰਨੇ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਜੇ ਗੁਰੂ ਸੇਵਾ ਨੂੰ ਪ੍ਰਵਾਨ ਕਰ ਲੈ ਹੁਣ ਜਾ ਪੱਛਮ ਵਿੱਚ ਜਾ ਸਰਹੱਦੀ ਇਲਾਕੇ ਜਾ ਉੱਥੇ ਜਾ ਕੇ ਸੇਵਾ ਕਰ ਉੱਥੋਂ ਹੀ ਕਨਈਆ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਬੰਨੂ ਪਹਾੜ 'ਚ ਰਹਿ ਗਿਆ
ਉੱਥੇ ਪਹਾੜੀ ਦੇ ਉੱਤੇ ਹੀ ਰਸਤਾ ਜਾਂਦਾ ਸੀ, ਪਾਣੀ ਨਹੀਂ ਸੀ ਮਿਲਦਾ ਪੀਣ ਨੂੰ। ਭਾਈ ਕਨ੍ਹਈਏ ਨੇ ਸਵੇਰੇ ਹੀ ਘੜੇ ਭਰ ਕੇ, ਨਦੀ ਪੈਰਾਂ ਚੱਲਦੀ ਸੀ, ਉੱਥੋਂ ਚੁੱਕ ਕੇ ਪਹਾੜ ਦੀ ਟੀਸੀ 'ਤੇ ਲੈ ਜਾਣਾ। ਉੱਥੇ ਬਹੁਤ 100-100 200-200 ਘੜਾ ਭਰ ਦੇਣਾ। ਉਹਨਾਂ ਨੂੰ ਦੇਖ ਕੇ ਹੋਰ ਪ੍ਰੇਮੀ ਬਹੁਤ ਸਾਰੇ ਆ ਕੇ ਸੇਵਾ ਕਰਨ ਲੱਗੇ। ਅਤੇ ਇੱਧਰ ਖਾਨ, ਮੁਗਲ ਖਾਨ ਉਹਦਾ ਨਾਂ ਸੀ, ਰੋਪੜ ਦਾ ਸੀ, ਹੋਸ਼ ਆਈ ਕਰ ਗਿਆ, ਪਿਆਰ ਜਾ ਗਿਆ ਗੁਰਸਿੱਖੀ ਵਾਸਤੇ ਵੀ, ਹੈ ਐਡਾ ਉੱਚਾ ਆਦਰਸ਼, ਅਸੀਂ ਬਿਨਾਂ ਕਸੂਰ ਇਹਨਾਂ ਦੇ ਪਿੱਛੇ ਪਏ ਹੋਏ ਹਾਂ, ਇਹ ਕਿੰਨੇ ਸੁਲਝੇ ਹੋਏ ਨੇ ਕਿ ਸਾਡੇ ਨਾਲ ਵੀ ਨਫ਼ਰਤ ਨਹੀਂ ਕਰਦੇ। ਉਸ ਵੇਲੇ ਆਇਆ ਅਨੰਦਪੁਰ ਸਾਹਿਬ, ਪੁੱਛਿਆ ਵੀ ਕਨ੍ਹਈਆ ਕਿੱਥੇ ਹੈ? ਉਹ ਕਹਿੰਦੇ ਉਹ ਤਾਂ ਗੁਰੂ ਮਹਾਰਾਜ ਨੇ ਸੇਵਾ ਪ੍ਰਵਾਨ ਹੋ ਗਈ ਉਸਦੀ, ਸਰਹੱਦੀ ਇਲਾਕੇ 'ਚ ਭੇਜਦਾ, ਪੁੱਛਦਾ ਪਛਾਣਦਾ ਉੱਥੇ ਚਲੇ ਗਿਆ ਜਾ ਕੇ ਬਨੂ ਘਾਟ। ਭਾਈ ਕਨ੍ਹਈਆ ਅੰਮ੍ਰਿਤ ਵੇਲਾ ਇਸ਼ਨਾਨ ਕਰਿਆ ਨਦੀ ਦੇ ਕਿਨਾਰੇ, ਉੱਥੇ ਹੀ ਬੈਠ ਕੇ ਇਹ ਵੀ ਚਲੇ ਗਿਆ, ਦੂਰ ਹੋ ਕੇ ਬੈਠ ਗਿਆ ਵੀ ਜਦ ਸਮਾਧੀ ਤੋਂ ਥਾਨ ਹੋਣਗੇ ਫਿਰ ਮੈਂ ਜਾ ਕੇ ਕੁਛ ਭੇਟਾਂ ਕਰਾਂਗੇ। ਮੁਗਲ ਖਾਨ ਫਿਰ ਜਦੋਂ ਸਮਾਧੀ ਤੋਂ ਥਾਨ ਹੋਏ, ਭਾਈ ਕਨ੍ਹਈਆ ਉੱਥੇ ਚਲੇ ਗਏ, ਜਾ ਕੇ ਬਹੁਤ ਸਤਿਕਾਰ ਦੇ ਨਾਲ ਨੰਮਾ ਪੈ ਕੇ ਡੰਡੌਤ ਵੰਦਨਾ ਕੀਤੀ। ਅੱਤ ਸ਼ਰਧਾ ਹੋਵੇ ਤਾਂ ਇਸ ਤਰ੍ਹਾਂ ਮੱਥਾ ਟੇਕਦਾ ਜਾਂ ਠੰਗ ਸਰੀਰ ਦੇ ਧਰਤੀ ਨਾਲ ਲੱਗਣ। ਉਸ ਵੇਲੇ ਉਹਨਾਂ ਨੇ ਆਸ਼ੀਰਵਾਦ ਦਿੱਤੀ, ਬਿਠਾਲ ਲਿਆ, ਮਹਾਰਾਜ ਮੈਂ ਉਹੀ ਹਾਂ ਜਿਹੜਾ ਗੁਰੂ ਸਾਹਿਬ 'ਤੇ ਫੌਜਕਸ਼ੀ ਕਰਕੇ ਆਇਆ ਸੀ, ਤੁਹਾਡਾ ਜਲ ਕੀ ਸੀ ਮੇਰੇ ਅੰਦਰ ਪ੍ਰਕਾਸ਼ ਕਰ ਗਿਆ, ਅੰਮ੍ਰਿਤ ਸੀ। ਮਹਾਰਾਜ ਕਹਿੰਦੇ ਆ ਬਰਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਪਰ ਸੀ, ਜਿਹਦੇ ਵੱਲ ਨੈਣ ਭਰ ਕੇ ਦੇਖ ਲਏ ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦਿੰਦਾ। ਮੇਰਾ ਰਸਤਾ ਬਦਲ ਗਿਆ, ਮੈਨੂੰ ਆਪਣਾ ਮਰੀਦ ਬਣਾਓ। ਮਹਾਰਾਜ ਮੈਂ ਆਪਦੀ ਭੇਟਾ ਇੱਕ ਅੱਤ ਕੀਮਤੀ ਚੀਜ਼ ਲੈ ਕੇ ਆਇਆ, ਸਾਡੇ ਖਾਨਦਾਨ ਦੇ ਪਾਸ ਪਾਰਸ ਸੀ, ਪਾਰਸ ਲੋਹੇ ਨੂੰ ਲਾਓ ਜਦੇ ਸੋਨਾ ਬਣ ਜਾਂਦਾ, ਇਹ ਮੈਂ ਆਪਦੇ ਚਰਨਾਂ 'ਚ ਭੇਟ ਕਰਨਾ। ਭਾਈ ਕਨ੍ਹਈਏ ਨੇ ਕਿਹਾ ਸਾਡੇ ਕਿਸੇ ਕੰਮ ਨਹੀਂ ਹੈ, ਸੇਵਾ ਕਰਦੇ ਹਾਂ, ਘੜੇ ਚੱਕਦੇ ਹਾਂ, ਸੇਵਾ ਵੀ ਜਾਂਦੀ ਹੈ, ਜੇ ਪਾਰਸ ਅਸੀਂ ਕਰਨਾ ਕੀ ਹੈ, ਸਾਡੇ ਕੋਲ ਗੱਲ ਕੋਈ ਨਹੀਂ। ਬੇਮਤਲਬੀ ਸਾਧੂ ਦੌਲਤ ਅਮੈਸ਼ ਨਹੀਂ ਕਰਦੇ, ਇਕੱਠੀ ਨਹੀਂ ਕਰਿਆ ਕਰਦੇ, ਬੇਮਤਲਬੀ ਹੁੰਦੀ ਹੈ, ਉਹਦਾ ਕਿਸੇ ਕੰਮ ਨਹੀਂ ਹੁੰਦਾ, ਗ੍ਰਿਸ਼ਤੀਆਂ ਨੂੰ ਹੁੰਦੀ ਹੈ, ਸੰਤਾਂ ਨੂੰ ਨਹੀਂ ਹੁੰਦੀ। ਸੰਤਾਂ ਦਾ ਇਹ ਹੈ ਵੀ ਜੇ ਫੁਰਨਾ ਜਾਗ ਪਵੇ ਵੀ ਆਹ ਕੰਮ ਕਰਨਾ, ਫਿਰ ਮਾਇਆ ਅੰਗੀਕਾਰ ਕਰੀਏ ਨਹੀਂ ਹਟ ਜਾਂਦੇ ਨੇ, ਸਾਨੂੰ ਇੰਨਾ ਮੈਨੂੰ ਨਹੀਂ ਲੋੜ। ਉਹ ਕਹਿੰਦੇ ਹੁਣ ਸਾਨੂੰ ਲੋੜ ਨਹੀਂ ਹੈ। ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਜ਼ਰੂਰ, ਵਾਰ ਵਾਰ ਜਦ ਕਿਹਾ 15-20 ਵਾਰੀ, ਕਹਿੰਦੇ ਚੰਗਾ ਰੱਖ ਦੇ ਇੱਥੇ। ਪਾਰਸ ਦਾ ਕੋਈ ਮੁੱਲ ਹੈ ਨਹੀਂ, ਨਾ ਲੱਖ ਹੈ, ਨਾ ਕਰੋੜ ਹੈ, ਨਾ ਅਰਬ ਹੈ। ਉਹਨਾਂ ਨੇ ਚੁੱਕਿਆ ਨਦੀ 'ਚ ਮਾਰਿਆ ਵਗਾ ਕੇ, ਉਹਦੇ ਹੌਲ ਪੈ ਗਿਆ ਵੀ ਹੈ ਐਡੀ ਬੜੀ ਕੀਮਤੀ ਚੀਜ਼, ਇਹ ਤਾਂ ਨਾਇਆਬ ਹੈ, ਮਿਲਦੀ ਨਹੀਂ ਕਿਸੇ ਨੂੰ, ਅਤੇ ਭਾਈ ਕਨ੍ਹਈਏ ਨੇ ਇਹ ਸੁੱਟ ਦਿੱਤੀ ਨਦੀ 'ਚ। ਚਿਹਰੇ 'ਤੇ ਉਦਾਸੀਓ ਨਹੀਂ ਆਈ, ਅੱਖਾਂ 'ਚੋਂ ਪਾਣੀ ਜਾਣ ਲੱਗ ਗਿਆ। ਕਹਿੰਦੇ ਖਾਨ ਸਾਹਿਬ ਰੋਨਾ ਕੀ ਗੱਲ ਹੈ? ਕਹਿੰਦਾ ਮਹਾਰਾਜ ਬਹੁਤ ਹੀ ਕੀਮਤੀ ਚੀਜ਼ ਸੀ,
ਕਹਿੰਦੇ ਅਸੀਂ ਤਾਂ ਤੈਨੂੰ ਕਿਹਾ ਸਾਡੇ ਕਿਸੇ ਕੰਮ ਨਹੀਂ ਹੈ, ਤੂੰ ਆਪਣੇ ਕੰਮ ਲਾਉਣਾ। ਕਹਿੰਦਾ ਨਹੀਂ ਮਹਾਰਾਜ, ਬਹੁਤ ਕੀਮਤੀ ਚੀਜ਼ ਸੀ, ਜੇ ਮੈਨੂੰ ਸੱਚਮੁੱਚ ਪਤਾ ਹੁੰਦਾ ਵੀ ਤੁਹਾਨੂੰ ਲੋੜ ਨਹੀਂ ਤਾਂ ਮੈਂ ਚੱਲ ਜ਼ਰੂਰ ਚੁੱਕ ਲੈਂਦਾ। ਕਹਿੰਦੇ ਲੈਣਾ ਹੈ ਤਾਂ ਲੈਣੀ ਹੈ, ਲੈਣਾ ਆਪਣਾ ਪਾਰਸ। ਕਹਿੰਦੇ ਹਾਂ, ਹੱਥ ਕਰਕੇ ਕਹਿੰਦੇ ਇਹਦਾ ਪਾਰਸ ਮੋੜ ਦੇ ਨਦੀ ਨੂੰ। ਕਹਿੰਦੇ ਦੇ ਨਦੀ ਦੇ ਵਿੱਚੋਂ ਇਹ ਦੋ ਹਿੱਸੇ ਹੋ ਗਏ, ਵਿਚਾਲੇ ਉੱਚਾ ਹੋ ਗਿਆ, ਉੱਥੇ ਵੱਟੇ ਹੀ ਵੱਟੇ ਪਏ। ਕਹਿੰਦੇ ਜਾ ਚੁੱਕ ਲਿਆ, ਨਾਲ ਲੈ ਜਾ ਲੋਹਾ। ਨਦੀ ਪਾਣੀ ਪਤਲਾ ਹੋ ਗਿਆ, ਲੰਘ ਕੇ ਚਲਿਆ ਗਿਆ ਉੱਥੇ ਬਰੇਤੀ ਜਿਹੜੀ ਨਿਕਲੀ ਵਿੱਚੋਂ। ਉੱਥੇ ਜਾ ਕੇ ਜਿਹੜਾ ਵੱਟਾ ਚੁੱਕਦਾ ਪਾਰਸ, ਜਿਹੜਾ ਚੁੱਕਦਾ ਪਾਰਸ, ਹੈਰਾਨ ਹੋ ਗਿਆ ਵੀ ਇਹ ਸਾਰਾ ਪਾਰਸ ਹੈ, ਇੱਕ ਦ੍ਰਿਸ਼ਟੀ ਕੀਤੀ ਹੈ ਇਸਨੇ, ਸਾਰੇ ਵੱਟੇ ਹੀ ਪਾਰਸ ਬਣਾ ਤੇ। ਫਿਰ ਵੀ ਸਮਝਦਾਰ ਸੀ, ਮੁੜਿਆ ਆਇਆ ਪਾਰਸ, ਕਹਿਣ ਲੱਗੇ ਖਾਨ ਸਾਹਿਬ ਲਿਆ ਨਹੀਂ ਪਾਰਸ। ਕਹਿੰਦਾ ਮੈਂ ਮਹਾਂਮੂਰਖ, ਮੇਰੇ 'ਤੇ ਬਹੁਤ ਬੜੀ ਭੁੱਲ ਹੋ ਗਈ, ਕਿਰਪਾ ਕਰੋ ਮੈਨੂੰ ਬਖਸ਼ ਦਿਓ। ਕਹਿਣ ਲੱਗੇ ਕਿ ਮੇਰੀ ਮੰਗ ਪੂਰੀ ਕਰੋ। ਕਹਿਣ ਲੱਗੇ ਕਿ ਕੀ ਮੰਗ ਹੈ? ਕਹਿੰਦਾ ਮਹਾਰਾਜ, ਤੁਹਾਡੀ ਦ੍ਰਿਸ਼ਟੀ ਦੇ ਅੰਦਰ ਕੋਈ ਤਾਸੀਰ ਹੈ, ਉਹ ਜਿਹੜੀ ਤਾਸੀਰ ਆ ਉਹ ਮੈਨੂੰ ਦੇ ਦਿਉ, ਉਹਦਾ ਦਾਨ ਮੈਨੂੰ ਕਰ ਦਿਉ। ਕਹਿੰਦੇ ਉਹਦਾ ਨਾਮ ਹੈ ਪਰਮੇਸ਼ਰ ਦਾ। ਨਾਮ ਵਾਲਾ ਜਿੱਧਰ ਵੀ ਦ੍ਰਿਸ਼ਟੀ ਕਰ ਦੇਵੇ, ਖੇਤਾਂ ਦੇ ਖੇਤ ਸੋਨੇ ਦੇ ਬਣਾ ਦੇ, ਬਣੇ ਹੋਏ ਮਕਾਨ ਸੋਨੇ ਦੀਆਂ ਕੰਧਾਂ ਬਣਾ ਦਿਉ। ਕੋਈ ਐਸੀ ਬਾਤ ਨਹੀਂ, ਗੁਰੂ ਘਰ 'ਚ ਬੇਅੰਤ ਮਸਾਲਾ ਐਸੀਆਂ ਆਉਂਦੀਆਂ ਨੇ। ਸੋ ਕਹਿੰਦੇ ਉਹ ਤਾਂ ਪਿਆਰਿਆ ਪਰਮੇਸ਼ੁਰ ਦਾ ਨਾਮ ਹੈ, ਜਿਹਦੀ ਕੋਈ ਵੀ ਕੀਮਤ ਨਹੀਂ ਜਾਣਦਾ, ਕੋਈ ਵੀ ਮਹਿਮਾ ਨਹੀਂ ਜਾਣਦਾ, ਸਿਰਫ ਸੰਤਾਂ ਨੂੰ ਪਤਾ ਹੁੰਦਾ ਨਾਮ ਕੀ ਮਹਿਮਾ। ਸੰਤ ਰਿੰਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨ, ਸੰਤ ਕਾ ਸੰਗ ਵਡ ਭਾਗੀ ਪਾਈ, ਸੰਤ ਕੀ ਸੇਵਾ ਨਾਮ 'ਤੇ ਆਈ। ਨਾਮ ਤੁਰਨ ਕੁਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ, ਕਿਰਪਾ ਕਰ ਦਿੱਤੀ ਨਾਮ ਦੀ ਦਾਤ ਦਿੱਤੀ, ਕਰਨੀ ਗਿਆ ਮੁੜ ਕੇ ਸੇਵਾ ਕਰਦਾ ਰਿਹਾ। ਉਹਦੇ ਬਾਅਦ ਸਮਾਂ ਲੰਘ ਗਿਆ, ਇੱਥੇ ਹਰਿਦੁਆਰ ਵਿੱਚ ਆ ਕੇ ਕੁਟੀਆ ਬਣਾ ਲਈ ਗੰਗਾ ਦੇ ਕੰਢੇ। ਗਾਂ ਮਹਾਤਮਾ ਹੋ ਗਏ, ਉਹਨਾਂ ਦੇ 1925 'ਚ ਫਲੱਡ ਆਇਆ ਬਹੁਤ ਵੱਡਾ। ਉਹ ਮਹਾਤਮਾ ਜਿਹੜੇ ਆਖਰੀ ਸੀ ਉੱਥੇ ਬੈਠੇ ਸੀ, ਫਲੱਡ ਆਇਆ ਉਹਦੇ ਵਿੱਚ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਸੋ ਮਤਲਬ ਇਹ ਮੇਰਾ ਇਹ ਹੈ ਜਿਹੜੀ ਮੈਂ ਬੇਨਤੀ ਕੀਤੀ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅਮਰ ਤੈਸੀ ਵਿਖਰ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਜਾ। ਉਹ ਇੱਕੋ ਜਿਹੀ ਦ੍ਰਿਸ਼ਟੀ ਹੁੰਦੀ ਹੈ, ਇਹ
ਮਾਟੀ ਤੈਸਾ ਅੰਮ੍ਰਿਤ ਤੈਸੀ ਵੀ ਖਾਟੀ। ਸੋ ਕਬੀਰ ਸਾਹਿਬ ਕਹਿਣ ਲੱਗੇ ਰਵਿਦਾਸ ਜੀ ਤੁਹਾਨੂੰ ਬਹੁਤ ਕੀਮਤੀ ਹੀਰਾ ਭੇਟਾ ਕਰਿਆ ਸੀ। ਇੱਕ ਵਾਰੀ ਰਵਿਦਾਸ ਜੀ ਜੁੱਤੀਆਂ ਕੰਢਦੇ ਨੇ ਅਤੇ ਕੋਈ ਮਹਾਂਪੁਰਸ਼ ਆਏ, ਪ੍ਰਭੂ ਉਸ ਰੂਪ 'ਚ ਆਇਆ, ਜੋੜਾ ਗੰਢਾਇਆ, ਕਹਿੰਦੇ ਪੈਸੇ ਕੱਲ੍ਹ ਸੰਤਾਂ ਦੀ ਤਾਂ ਸੇਵਾ ਮਸਾਂ ਮਿਲਦੀ ਹੈ। ਉਹ ਕਹਿਣ ਲੱਗੇ ਅਰਦਾਸ ਜੀ ਮੈਂ ਤੀਰਥ ਯਾਤਰਾ ਕਰਨ ਜਾਣਾ ਹੈ, ਤਾਂ ਮੈਨੂੰ ਉਰੇ ਫੜਾਇਓ ਰੰਬੀ ਫੜਾਈ, ਜੇਬ ਦੇ ਵਿੱਚੋਂ ਪਾਰਸ ਕੱਢਿਆ, ਉਹਦੇ ਨਾਲ ਐਂ ਕਸਾਤਾ, ਪੀਲਾ ਕਰਤਾ। ਅਰਦਾਸ ਜੀ ਕਹਿੰਦੇ ਸੰਤ ਜੀ ਲੋਹਾ ਤਾਂ ਕਰੜਾ ਹੁੰਦਾ ਸੋਨੇ ਨਾਲੋਂ, ਮੈਂ ਤਾਂ ਚਮੜਾ ਕੱਟਣਾ, ਇਹਦਾ ਤਾਂ ਮੂੰਹ ਮੁੜ ਜੂਗਾ, ਹਮੇਸ਼ ਰੰਬੀ ਖਰਾਬ ਕਰਤੀ, ਮੇਰੇ ਕਿਸੇ ਕੰਮ ਨਹੀਂ ਹੈ ਇਹ ਚੀਜ਼ਾਂ। ਕਹਿੰਦੇ ਰਵਿਦਾਸ ਜੀ ਦੇਖੋ ਇੰਨਾ ਕਸਾਇਆ ਕਿੰਨਾ ਸੋਨਾ ਬਣ ਗਿਆ, ਤੁਸੀਂ ਆਏ ਗਏ ਸਾਧੂਆਂ ਦੀ ਸੇਵਾ ਕਰਦੇ ਹੋ, ਆਪਦੇ ਖਰਚੇ ਵਾਸਤੇ ਕੁਛ ਵੀ ਨਹੀਂ ਬਚਦਾ, ਜੇ ਸਾਧੂ ਨੇ ਰਾਤ ਰਹਿਣਾ ਤੁਸੀਂ ਬਾਹਰ ਪੈਂਦੇ ਹੋ ਝੌਂਪੜੀ 'ਚ ਉਹਨੂੰ ਪਾਉਂਦੇ ਹੋ, ਇਹਦੇ ਨਾਲ ਮੰਦਰ ਉਸਾਰ ਲਓ, ਜਿੰਨੇ ਵੱਡੇ ਵੱਡੇ ਮੰਦਰ ਚਾਹੀਦੇ ਨੇ ਕਰ ਲਓ ਤੁਸੀਂ। ਕਹਿੰਦੇ ਸੰਤ ਜੀ ਸਾਨੂੰ ਲੋੜ ਨਹੀਂ ਹੈ, ਹੁਣ ਬੜੇ ਸੁਖੀ ਵੱਸਦੇ ਹਾਂ, ਜਿੰਨੀ ਪ੍ਰਵਿਰਤੀ ਪਸਾਰਾਂਗੇ ਓਨਾ ਹੀ ਵਿਕਸ਼ੇਪਤਾ ਵਧੇਗੀ। ਉਹਨਾਂ ਨੇ ਕਿਹਾ ਵੀ ਹੁਣ ਕਰਦੇ ਨਹੀਂ, ਕਹਿੰਦੇ ਮੈਂ ਤੀਰਥ ਯਾਤਰਾ 'ਤੇ ਜਾਂਦਾ, ਸਾਲ ਬਾਅਦ ਆਊਂਗਾ, ਤੁਸੀਂ ਇਹਦੀ ਵਰਤੋਂ ਜ਼ਰੂਰ ਕਰ ਲਿਓ, ਆ ਸਾਂਭ ਲਓ। ਕਹਿੰਦੇ ਇੱਥੇ ਟੰਗ ਦਿਓ ਕਿਤੇ, ਉਹ ਛੱਬਰ 'ਚ ਟੰਗ ਦਿੱਤੇ ਲੀਰ 'ਚ ਬਲੇਟ ਕੇ। ਸਾਲ ਬਾਅਦ ਜਦ ਆਇਆ ਖਿਆਲ ਸੀ ਵੀ ਪਿੱਛੋਂ ਰਵਿਦਾਸ ਜੀ ਨੇ ਪਾਰਸ ਦੀ ਵਰਤੋਂ ਕਰਕੇ ਸੋਨਾ ਬਣਾ ਕੇ ਬੜੇ ਬੜੇ ਮਕਾਨ, ਬੜਾ ਮੰਦਰ ਬਣਾ ਲਿਆ ਹੋਣਾ, ਪਰ ਹੈਰਾਨ ਰਹਿ ਗਿਆ ਉਹ ਝੌਂਪੜੀ ਉਸ ਵੇਲੇ ਤਾਂ ਕੁਛ ਨਵੀਂ ਲੱਗਦੀ ਸੀ, ਹੁਣ ਜਮਾਂ ਹੀ ਟੁੱਟੀ ਹੋਈ, ਉਹਦੇ ਦਾਲ ਛਿੰਡੇ ਹੋਏ। ਕਹਿਣ ਲੱਗਿਆ ਰਵਿਦਾਸ ਜੀ ਮੇਰੀ ਅਮਾਨਤ, ਕਹਿੰਦੇ ਜਿੱਥੇ ਰੱਖ ਗਿਆ ਸੀ ਉੱਥੇ ਹੀ ਟੋਲ ਲਿਆ, ਮੈਂ ਤਾਂ ਦੇਖਿਆ ਹੀ ਨਹੀਂ ਉਹਨੂੰ ਮੁੜ ਕੇ, ਉੱਥੇ ਦੇਖਿਆ ਤਾਂ ਉਹ ਲੀਰ ਚੋਵੇਂ ਜਿਵੇਂ ਪਿਆ।
ਉਹ ਕੋਈ ਖਿੱਚ ਨਹੀਂ ਹੁੰਦੀ ਮਹਾਂਪੁਰਸ਼ਾਂ ਨੇ ਕੋਈ ਕੰਮ ਕਰਨਾ ਹੋਵੇ ਨਾ ਪਬਲਿਕ ਵਾਸਤੇ, ਕੋਈ ਸੇਵਾ ਆਰੰਭੀ ਹੋਵੇ, ਫਿਰ ਤਾਂ ਪੈਸੇ ਦੀ ਲੋੜ ਹੁੰਦਾ। ਬੇਮਤਲਬ ਪੈਸਾ ਕਿਸ ਕੰਮ ਆਉਂਦਾ? ਦਾਲ ਇਹਦੀ ਨਹੀਂ ਬਣਦੀ, ਸਬਜ਼ੀ ਇਹਦੀ ਨਹੀਂ ਬਣਦੀ, ਇਹ ਤਾਂ ਖਰਚਿਆ ਹੀ ਜਾਂਦਾ, ਤਾਂ ਕੰਮ ਆਉਂਦਾ। ਦਮੜਾ ਤਿਸਿਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਦਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾ ਨਹੀਂ ਬਹੀ ਪਿਛਤ ਜਾਏ। ਪੈਸੇ ਦੀ ਲੋੜ ਹੈ ਕ੍ਰਿਸ਼ਤੀਆਂ ਨੂੰ ਜਿਹਨਾਂ ਨੂੰ ਸੋਝੀ ਨਹੀਂ ਹੈ, ਸਾਧੂਆਂ ਨੂੰ ਨਹੀਂ ਹੁੰਦੀ। ਸਾਧੂ ਤਾਂ ਸੇਵਾ 'ਚ ਲੱਗ ਜਾਂਦੇ, ਸੇਵਾ ਕਰਨੀ ਪੈਂਦੀ ਹੈ ਸਾਧੂਆਂ ਨੂੰ ਜੇ ਮਾਇਆ ਆਉਣੀ ਸ਼ੁਰੂ ਹੋਏ। ਸੋ ਇਸ ਤਰ੍ਹਾਂ ਦੇ ਨਾਲ ਕਬੀਰ ਸਾਹਿਬ ਕਹਿਣ ਲੱਗੇ ਨੇ, ਉਦਾਸ ਜੀ ਇਹ ਖਾਨ ਸਾਹਿਬ ਤੁਹਾਡੀ ਭੇਟਾ 'ਚ ਇੱਕ ਹੀਰਾ ਲਿਆਏ ਸੀ? ਕਹਿੰਦੇ ਹਾਂ। ਕਹਿੰਦੇ ਇਹਨਾਂ ਨੇ ਦੱਸਿਆ ਨਹੀਂ ਵੀ ਬਹੁਤ ਕੀਮਤੀ ਹੈ? ਕਹਿੰਦੇ ਕਹਿੰਦਾ ਦੱਸੀ, ਮੈਂ ਤਾਂ ਧਿਆਨ ਨਹੀਂ ਦਿੱਤਾ। ਫਿਰ ਜੇ ਤੁਹਾਡੇ ਕਿਸੇ ਕੰਮ ਨਹੀਂ ਹੈ, ਗ੍ਰਿਸਤੀ ਹੈ ਇਹਦੇ ਤਾਂ ਕੰਮ ਆ ਜੂਗਾ, ਉਹ ਤੁਸੀਂ ਵਾਪਸ ਕਰ ਦਿਉ। ਉਹ ਕਹਿੰਦੇ ਇੱਥੇ ਸਿੱਟਿਆ ਸੀਗਾ ਜਿੱਥੇ ਚਮੜੇ ਦੀਆਂ ਪੱਥਰਾਂ ਨੇ, ਉੱਥੇ ਦੇਖ ਲਵੇ। ਜਿਸ ਬਾਅਦ ਉਹ ਖਾਨ ਸਾਹਿਬ ਅੱਗੇ ਵਧਿਆ, ਉਹ ਪੱਥਰਾਂ ਉੱਤੋਂ ਚੱਕੀਆਂ, ਕਹਿੰਦੇ ਆਪਣਾ ਪਛਾਣ ਲਈ। ਉਹ ਉਂਜਲ ਭਰਿਆ ਸਾਰਾ ਹੀਰਿਆਂ ਦਾ, ਕਹਿੰਦੇ ਆਪਣਾ ਪਛਾਣ ਲਾ। ਉਹਦਾ ਤਾਂ ਨਿੱਕਾ ਜਿਹਾ ਸੀ, ਐਡੇ ਐਡੇ ਪਏ, ਬਹੁਤ ਸ਼ਰਮਿੰਦਾ ਹੋਇਆ, ਰੱਖ ਦਿੱਤਾ। ਕਹਿੰਦੇ ਕੀ ਗੱਲ, ਤੂੰ ਆਪਣਾ ਪਛਾਣਦਾ ਨਹੀਂ ਹੈ? ਕਹਿੰਦਾ ਮਹਾਰਾਜ ਮੈਂ ਤੁਹਾਡੀ ਮਹਿਮਾ ਨੂੰ ਨਹੀਂ ਸੀ ਜਾਣਦਾ, ਕਿਰਪਾ ਕਰੋ ਮੈਨੂੰ ਉਸ ਹੀਰੇ ਦਾ ਗਿਆਨ ਦੇਵੋ ਜਿਹਦੇ ਨਾਲ ਤੁਹਾਡੇ ਪਿੱਛੇ ਲੱਗਿਆ ਫਿਰਦਾ ਸਾਰਾ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਨਾਮ ਹਿਰਦੇ 'ਚ ਵਸਾ ਕੇ ਦੇਖ ਲਓ, ਰਿਧੀਆਂ ਸਿੱਧੀਆਂ ਪੈਸੇ ਟਕੇ ਪਿੱਛੇ ਪਿੱਛੇ ਗਿਰਦੇ ਫਿਰਨਗੇ। ਉਹ ਕਹਿਣ ਲੱਗੇ ਪਿਆਰਿਆ ਗੁਰੂ ਖਾ, ਇਹ ਹੀਰਾ ਕੀ ਹੈ? ਇੱਕ ਪੱਥਰੇ ਹੈ ਨਾ ਚਮਕਦਾਰ, ਇਹਦੇ ਮੁਕਾਬਲੇ 'ਤੇ ਜਿਹੜਾ ਸਾਧੂਆਂ ਕੋਲ ਹੀਰਾ ਹੁੰਦਾ ਹੈ ਉਹਦਾ ਕੋਈ ਮਹਿਮਾ ਨਹੀਂ ਜਾਣਦਾ। ਹਰਸਾ ਹੀਰਾ ਛਾੜ ਕੇ, ਹਰਸਾ ਹੀਰਾ ਛਾੜ ਕੇ, ਹਰਸਾ ਹੀਰਾ ਛਾੜ ਕੇ, ਹਰਸਾ ਹੀਰਾ ਛਾੜ ਕੇ, ਕਰੇ ਆਨ ਕੀ ਆਸ।
ਤੇਨਾ ਦੋਜ਼ਖ ਜਾਏਂਗੇ ਸਤ ਪਾਖੇ ਰਵਿਦਾਸ। ਜੇ ਤੂੰ ਲੈਣਾ ਜਿਹੜੀ ਚੀਜ਼ ਤੂੰ ਲੈਣਾ ਆ ਪਿਆਰਿਆ, ਜਿਸ ਪੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਧਨ ਕਰ ਪਾਇਆ, ਤਾਜ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ ਲਾਲ ਖੇਪ ਸੰਤਾ ਸੰਗ ਚਾਲ, ਅਬਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹੇ ਸਭ ਕੋਏ ਮੁੱਖ ਜਲ ਹਰ ਦਰ ਕੇ ਸੋਏ, ਵਪਾਰ ਬਿਰਲਾ ਵਪਾਰਾ ਨਾਨਕ ਤਾਂ ਕਹਿ ਸਤ। ਸੋ ਇਸ ਬਸਤ ਦੇ ਵਪਾਰੀ ਹੋ ਕੇ ਆਪਾਂ ਸੰਸਾਰ 'ਚ ਆਏ, ਨਾਮ ਬਿਹਾਜਣ। ਪੂਰਨਮਾਸ਼ੀ ਹੈ ਅੱਜ, ਨਾਲ ਗੁਰਦਾਸ ਜੀ ਦਾ ਪ੍ਰਕਾਸ਼ ਉਤਸਵ ਹੈ। ਸੋ ਮਹਾਰਾਜ ਫਰਮਾਨ ਕਰਦੇ ਆ, ਰਵਿਦਾਸ ਢਵੰਤਾ ਢੋਰ ਨੀਤਿਨ ਤਿਆਗੀ ਮਾਇਆ, ਦਰਸ਼ਨ ਹੋਇਆ ਸਾਧ ਸੰਗ, ਦਰਸ਼ਨ ਹੋਇਆ ਪਾਰਬਰਾ ਕਿਵੇਂ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਸੋ ਇਸ ਤਰ੍ਹਾਂ ਦੇ ਨਾਲ ਇਹ ਮਾਇਆ ਸਥੂਲ ਦੀ ਗੱਲ ਮੈਂ ਕਰੀ ਹੈ, ਸੂਕਸ਼ਮ ਦੀ ਨਹੀਂ ਕਰੀ, ਕਿਉਂਕਿ ਸਮਾਂ ਜਾਤ ਨਹੀਂ ਦਿੰਦਾ, ਮੈਂ ਇੱਥੇ ਹੀ ਸਮਾਪਤ ਕਰਨਾ। ਬਾਕੀ ਦਾ ਜਿਹੜਾ ਹੈ ਪ੍ਰੋਗਰਾਮ ਇਹ ਪ੍ਰੇਮੀ ਨਿਭਾ ਲੈਣਗੇ। ਕਈ ਦਿਨ ਤੋਂ ਸਰੀਰ ਠੀਕ ਨਹੀਂ ਸੀਗਾ, ਠੰਡ ਠੁੰਡ ਲੱਗ ਗਈ, ਪਤਾ ਨਹੀਂ ਇੱਥੇ ਸੇਵਾ 'ਚ ਬੈਠੇ ਸੀ ਠੰਡ ਲੱਗ ਗਈ, ਗਲਾ ਖਰਾਬ ਹੋ ਗਿਆ, ਹੁਣ ਜਰਾ ਕੁ ਠੀਕ ਹੋਇਆ ਥੋੜ੍ਹਾ ਥੋੜ੍ਹਾ। ਇਹ ਸਿੰਘ ਬੋਲ ਲੈਂਦੇ ਨੇ ਧਾਰਨਾ, ਅਤੇ ਮੈਂ ਬੜੇ ਕਈ ਪ੍ਰੋਗਰਾਮ ਵੱਡੇ ਵੱਡੇ ਮੈਨੂੰ ਛੱਡਣੇ ਪਏ, ਦੁਆਬੇ ਦਾ ਛੱਡਣਾ ਪਿਆ, ਇੱਥੇ ਜਾਣਾ ਸੀ ਸਰਸੀਣੀ ਉਹ ਵੀ ਛੱਡਣਾ ਪਿਆ। ਸੋ ਅੱਜ ਮਹਾਰਾਜ ਦੀ ਕਿਰਪਾ ਮੈਨੂੰ ਕੁਛ ਠੀਕ ਲੱਗ ਰਿਹਾ, ਤਾਂ ਮੈਂ ਤੁਹਾਡੇ ਦਰਸ਼ਨ ਕਰ ਸਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।